सखिए सोग दुख नावे अपे गुर चरण लागे दिन सुभागे अपना पिर जपे अनहत बाणी अनहत बाणी गुरु शब्द जानी हर नाम हर रस भुगो कहे नानक प्रभ आप मिलिया करण करण जोग कार आया फिर मेरा घर आया फिर मेरा घर आया फिर मेरा
Let's go.
ਸਾਹਿਬ ਸਿਰਸ਼ਾਹਾਂ ਦੀ ਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਦਾ ਸੁਹਾਵੀ ਨਿਰਮਲ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ 'ਤੇ ਮਸਤਕ ਧਰ ਕੇ ਸਾਰੀ ਸੰਗਤ ਫਤਿਹ ਦੀ ਸਾਂਝ ਪਾਓ। ਸਾਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ਾਂ ਦੀ ਝੜੀ ਲਾਉਂਦਿਆਂ ਹੋਇਆਂ ਸਾਨੂੰ ਸਾਰਿਆਂ ਨੂੰ ਸਤਸੰਗਤ ਦੀਆਂ ਕੁਝ ਘੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਦੱਸ ਰਿਹਾ ਸਮੇਤ ਆਪ ਜੀ ਨੇ ਅਤਿ ਸਤਿਕਾਰਯੋਗ ਭਾਈ ਦਲਵੀਰ ਸਿੰਘ ਜੀ ਹੋਰਾਂ ਦੇ ਜਥੇ ਪਾਸੋਂ ਰਸ ਪਿੰਡੜਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੇ ਕੁਝ ਸਵਾਸ, ਕੁਝ ਪਲ, ਕੁਝ ਘੜੀਆਂ ਸਫਲਾਉਣ ਦਾ ਯਤਨ ਕੀਤਾ ਹੈ। ਆਓ ਇਸੇ ਤਰ੍ਹਾਂ ਬਾਕੀ ਰਹਿੰਦੇ ਸਮੇਂ ਦੀ ਸਫਲਤਾ ਵਾਸਤੇ ਗੁਰੂ ਸ਼ਬਦ ਦੀ ਵਿਚਾਰ, ਗੁਰੂ ਇਤਿਹਾਸ ਦੀ ਵਿਚਾਰ ਅਤੇ ਨਾਲ ਨਾਲ ਕੀਰਤਨ ਨਾਲ ਆਪਾਂ ਜੁੜਾਂਗੇ। ਅੱਜ ਦੇ ਇਹ ਵਿਸ਼ੇਸ਼ ਸਮਾਗਮ
ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਰਦਾਰ ਅੰਗਰੇਜ਼ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੇ ਪ੍ਰਕਾਸ਼ ਦਿਵਸ ਨੂੰ ਮਨਾਉਣ ਹਿੱਤ ਬੜੀ ਭਾਵਨਾ ਬੜੇ ਸਤਿਕਾਰ ਦੇ ਨਾਲ ਪ੍ਰਾਪਤ ਕੀਤੇ ਗਏ ਹਨ। ਗੁਰੂ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦਾ ਦਰ ਜਿਨ੍ਹਾਂ ਦਾ ਘਰ ਦੁਨੀਆਂ ਦੇ ਨਕਸ਼ੇ ਕਰਤੇ ਦੁਨੀਆਂ ਦੇ ਸਾਹਮਣੇ ਇਸ ਕਰਕੇ ਪ੍ਰਸਿੱਧ ਹੈ, ਮੈਂ ਬੇਨਤੀ ਕਰਾਂਗਾ ਜੀ ਲੰਗਰ ਹਾਲ ਵਾਲਾ ਡੋਰ ਬੰਦ ਹੋ ਸਕਦਾ ਸਾਹਮਣੇ ਤੋਂ ਇੱਧਰੋਂ ਸੰਗਤ ਆ ਸਕਦੀ ਹੈ ਤਾਂ ਕਿਰਪਾ ਕਰ ਦਿਓ, ਨਹੀਂ ਤਾਂ ਜਿਸ ਤਰ੍ਹਾਂ ਚੱਲਦਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਜਦੋਂ ਆਪਾਂ ਬਾਤ ਕਰਦੇ ਹਾਂ ਇੱਕਦਮ ਜਿਹੜੀ ਸੁਰਤ ਹੈ ਨਾ ਹਰਿਮੰਦਰ ਸਾਹਿਬ ਜਾਂਦੀ ਹੈ, ਉਸ ਸਥਾਨ ਦੀ ਚਰਨ ਧੂੜ ਸੁਰਤ ਕਰ ਰਹੀ ਕਿ ਮਨ ਕਰਕੇ ਧਿਆਨ ਕਰਕੇ ਗੁਰੂ ਦਾ ਸਿੱਖ ਆਪਣੇ ਮਸਤਕ ਤੇ ਲਾ ਲੈਂਦਾ ਹੈ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੁੱਧ ਹੋ ਪੁਰਖ ਵਿਧਾਤਾ ਤਾਂ ਤੂੰ ਸੁਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਰਹਾ ਨਾਨਕ ਕਸਮਲ ਜਾਏ ਨਾਇਆ ਰਾਮਦਾਸ ਸਰ। ਉਹ ਸਿਫਤੀ ਦਾ ਘਰ, ਉਹ ਬੰਦਗੀ ਦਾ ਘਰ, ਉਹ ਕੀਰਤਨ ਦਾ ਘਰ, ਉਹ ਨਾਮ ਦਾ ਘਰ, ਉਹ ਭਗਤੀ ਦਾ ਘਰ ਜਿਹਨੂੰ ਅੰਮ੍ਰਿਤਸਰ ਆਖਿਆ ਗਿਆ ਬਾਣੀ ਵਿੱਚ, ਅੰਮ੍ਰਿਤਸਰ ਸਿਫਤੀ ਦਾ ਘਰ, ਉਸ ਸਥਾਨ ਦਾ ਪਿਆਰ ਆਪਣੇ ਆਪ ਹੀ ਉਮੜ ਕੇ ਸਾਡੇ ਹਿਰਦੇ ਨੂੰ ਠੰਡ ਪਾ ਦਿੰਦਾ ਹੈ। ਆਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮੁੱਢਲੇ ਜੀਵਨ ਤੇ ਪੰਛੀ ਝਾਤ ਪਾਈਏ, ਕਿਉਂਕਿ ਜਿਹੜਾ ਆਪਾਂ ਦਿਨ ਮਨਾ ਰਹੇ ਹਾਂ ਭਾਵੇਂ ਇਹਨੂੰ ਆਪਾਂ ਗੁਰਪੁਰਬ ਕਹਿੰਦੇ ਹਾਂ, ਬੜੇ ਧਿਆਨ ਨਾਲ ਬੇਨਤੀ ਨੂੰ ਸੁਣਿਓ, ਆਪਾਂ ਕਹਿੰਦੇ ਹਾਂ ਕਿ ਆਪਾਂ ਗੁਰਪੁਰਬ ਮਨਾਉਣਾ ਹੈ। ਪੁਰਬ ਦਾ ਅਰਥ ਦਿਹਾੜਾ ਨਹੀਂ ਹੈ। ਜੇ ਆਪ ਜੀ ਕੋਸ਼ ਅਨੁਸਾਰ ਪੜੋਗੇ ਤਾਂ ਪੁਰਬ ਦਾ ਅਰਥ ਦਿਹਾੜਾ ਨਹੀਂ ਹੈ। ਦਰਬਾਰ ਸਾਹਿਬ ਦਾ ਦਰਵਾਜ਼ਾ ਖੁੱਲ੍ਹਾ ਰਹਿੰਦੇ ਹੋ, ਲੰਗਰ ਦਾ ਬੰਦ ਕਰਨ ਵਾਸਤੇ ਬੇਨਤੀ ਕੀਤੀ ਸੀ, ਦਰਬਾਰ ਸਾਹਿਬ ਦਾ ਖੁੱਲ੍ਹਾ ਰਹਿੰਦਾ ਕਿਉਂਕਿ ਉੱਧਰੋਂ ਬੱਚਿਆਂ ਦੀ ਆਵਾਜ਼ ਆਉਂਦੀ ਸੀ। ਇਸ ਕਰਕੇ ਜਿਵੇਂ ਜਹਾਜ਼ 'ਤੇ ਚੜ੍ਹਨਾ ਹੋਵੇ ਨਾ ਪਹਿਲਾਂ ਚੰਗੀ ਤਰ੍ਹਾਂ ਸਭ ਕੁਝ ਚੈੱਕ ਹੁੰਦਾ ਹੈ, ਸੂਚਿਤ ਕੀਤਾ ਜਾਂਦਾ ਸਾਰਿਆਂ ਨੂੰ, ਸੀਟ ਬੈਲਟ ਲਾ ਲਈ ਹੈ, ਸਾਵਧਾਨ ਹੋ ਕੇ ਬੈਠ ਗਏ ਹੋ, ਆਪਣੇ ਫੋਨ ਸਵਿੱਚ ਆਫ ਕਰਦੇ ਆ, ਸੁਣਦੇ ਹਾਂ ਨਾ ਆਪਾਂ। ਇਸ ਤੋਂ ਕਿੱਡੇ ਵੱਡੀ ਸਾਵਧਾਨੀ ਉਦੋਂ ਸਾਨੂੰ ਚਾਹੀਦੀ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਬੈਠਦੇ ਹਾਂ, ਕਿਤੇ ਵੱਡੀ, ਕਿਉਂਕਿ ਉਸ ਜਹਾਜ਼ ਵਿੱਚੋਂ ਤੇ ਕਦੇ ਕੋਈ ਲੱਖਾਂ ਦੇ ਵਿੱਚੋਂ ਵਿਰਲਾ ਡਿੱਗਦਾ, ਪਰ ਇੱਥੇ ਕੋਈ ਵੀ ਹੈ ਜਿਹੜਾ ਬੈਠ ਸਕਦਾ ਨਹੀਂ ਤੇ ਬਹੁਤੇ ਡਿੱਗ ਹੀ ਜਾਂਦੇ ਆ। ਬੋਲੋ ਵਾਹਿਗੁਰੂ ਵਾਹਿਗੁਰੂ। ਕੋਈ ਵੀ ਹੈ ਜਿਹੜਾ ਟਿਕਿਆ ਬੈਠ ਸਕਦਾ ਨਹੀਂ ਤੇ ਸਰੀਰ ਹੀ ਦਿਸਦਿਆ ਬੈਠੇ ਮਨ ਡਿੱਗ ਪੈਂਦਾ, ਮਨ ਚਲਾ ਜਾਂਦਾ, ਕੋਈ ਨਾ ਕੋਈ ਮੋਰੀ ਲੱਭ ਲੈਂਦਾ, ਬਾਹਰ ਚਲੇ ਜਾਂਦਾ। ਇਸ ਕਰਕੇ ਆਪਾਂ ਗੁਰੂ ਸਾਹਿਬ ਨੂੰ ਇਸ ਅੱਖ ਨਾਲ ਵਿਚਾਰਿਆ ਹੀ ਨਹੀਂ, ਸਤਿਗੁਰੂ ਹੈ ਬੋਹੇ ਥਾ, ਜਹਾਜ਼ ਸਮਝਿਆ ਨਹੀਂ ਨਾ ਗੁਰੂ ਨੂੰ। ਇਸ ਕਰਕੇ ਪੂਰੇ ਸੀਰੀਅਸ ਹੋ ਕੇ, ਗੰਭੀਰ ਹੋ ਕੇ, ਸਾਵਧਾਨ ਹੋ ਕੇ, ਸੁਚੇਤ ਹੋ ਕੇ, ਅਲਰਟ ਹੋ ਕੇ ਆਪਣੇ ਗੁਰੂ ਕੋਲ ਬੈਠਦੇ ਹਨ। ਸਤਿਗੁਰੂ ਹੈ ਬੋਹੇ ਥਾ, ਵਿਰਲਾ ਕਿਹਨੇ ਵਿਚਾਰਿਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਮੁੱਢਲੇ ਜੀਵਨ ਦੀ ਵਿਚਾਰ ਅੱਜ ਪੰਛੀ ਝਾਤ ਆਪਾਂ ਜ਼ਰੂਰ ਪਾਵਾਂਗੇ, ਕਿਉਂਕਿ ਸਾਹਿਬ ਜੀ ਦਾ ਪੁਰਬ ਮਨਾ ਰਹੇ ਹਾਂ। ਪੁਰਬ ਦਾ ਅਰਥ ਦਿਹਾੜਾ ਨਹੀਂ ਹੈ, ਪੁਰਬ ਦਾ ਅਰਥ ਹੈ ਜਸ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰ ਬੰਤਾ। ਹੇ ਮੇਰੇ ਵਾਹਿਗੁਰੂ, ਜਿੱਥੇ ਮੈਂ ਤੇਰੀਆਂ ਹੋਰ ਬਹੁਤ ਸਾਰੀਆਂ ਵਡਿਆਈਆਂ ਦੇਖੀਆਂ,
ਉਹਨਾਂ ਵਡਿਆਈਆਂ ਦੇ ਵਿੱਚ ਇੱਕ ਇਹ ਵੀ ਵਡਿਆਈ ਹੈ ਕਿ ਤੂੰ ਸਾਰਿਆਂ ਦੇ ਵਿੱਚ ਰਮਿਆ ਹੋਇਆ, ਤੂੰ ਸਾਰਿਆਂ ਦੇ ਅੰਦਰ ਹੀ ਰਹਿੰਦਾ ਹੈ, ਇਹ ਵੀ ਤੇਰਾ ਜਸ ਹੈ। ਇਸ ਕਰਕੇ ਭਾਈ ਗੁਰਦਾਸ ਜੀ ਨੇ ਜਦੋਂ ਪੁਰਬ ਦੀ ਗੱਲ ਕੀਤੀ ਤੇ ਇਹ ਨਹੀਂ ਆਖਿਆ ਪੁਰਬ ਮਨਾਉਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰੰਦੇ, ਮਨਾਉਣੇ ਨਹੀਂ ਲਫ਼ਜ਼ ਵਰਤਿਆ, ਕਰੰਦੇ। ਕਰੰਦੇ ਤੋਂ ਭਾਵ ਹੈ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਜਿਹੜੇ ਆਪਣੇ ਗੁਰੂ ਦਾ ਜਸ ਕਰਦੇ ਨੇ। ਬੋਲੋ ਵਾਹਿਗੁਰੂ ਵਾਹਿਗੁਰੂ। ਸੋ ਆਪਾਂ ਕਰਨਾ ਹੈ ਗੁਰੂ ਦਾ ਪੁਰਬ ਤਾਂ ਮਨਾਇਆ ਜਾਣਾ ਜੇ ਆਪਾਂ ਗੁਰੂ ਦੀ ਵਡਿਆਈ ਵਿੱਚ ਡੁੱਬਾਂਗੇ, ਕਰਾਂਗੇ ਸਾਰੇ ਮਿਲ ਕੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਲਾਹੌਰ ਦੀ ਧਰਤੀ ਤੇ ਚੂਨਾ ਮੰਡੀ ਦੇ ਸਥਾਨ ਪਿਤਾ ਹਰਦਾਸ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਨਾਲ ਸੰਸਾਰ ਵਿੱਚ ਆਏ ਨੇ, ਉਹਨਾਂ ਦਾ ਜੀਵਨ ਇਤਨਾ ਮਹਾਨ ਹੈ। ਕਿਸੇ ਵਿਦਵਾਨ ਨੇ ਬੜੇ ਪਿਆਰੇ ਬਚਨ ਕੀਤੇ ਨੇ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਜਨਮ ਦੇ ਕੇ ਮਾਤਾ ਦਇਆ ਕੌਰ ਨੇ ਸੰਸਾਰ ਦੀਆਂ ਸਮੁੱਚੀਆਂ ਹੀ ਮਾਵਾਂ ਦਾ ਸਿਰ ਉੱਚਾ ਕਰ ਦਿੱਤਾ। ਇੰਨੀ ਮਹਾਨ ਸ਼ਖਸੀਅਤ ਦੇ ਮਾਲਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ 2 ਕੁ ਸਾਲ ਦੀ ਆਜੂ ਦੇ ਵਿੱਚ ਮਾਤਾ ਜੀ ਚੜ੍ਹਾਈ ਕਰ ਗਏ, 7 ਸਾਲ ਦੀ ਉਮਰ ਦੇ ਵਿੱਚ ਪਿਤਾ ਜੀ ਅਕਾਲ ਚਲਾਣਾ ਕਰ ਗਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਨੀ ਜੀ ਬਾਸਰ ਕੇ ਗਿੱਲਾਂ ਤੋਂ ਜਾ ਕੇ ਲਾਹੌਰ ਦੀ ਧਰਤੀ ਤੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਇਸ ਪਿੰਡ ਵਿੱਚ ਲੈ ਆਏ। ਧਿਆਨ ਦੇਣਾ, ਇਸ ਵੇਲੇ ਇਤਿਹਾਸ ਦੇ ਪੰਨੇ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਰੀਰ ਕਰਕੇ ਮੌਜੂਦ ਸਨ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਉਮਰ 30 ਸਾਲ ਦੀ ਸੀ, 2 ਸਾਲ ਹੋ ਗਏ ਸੀ ਉਹਨਾਂ ਨੂੰ ਕਰਤਾਰਪੁਰ ਸਾਹਿਬ ਗਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਰੀਰਕ ਤੌਰ ਤੇ ਮੌਜੂਦ ਨੇ ਉਸ ਵੇਲੇ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜੀਵਨ ਦੀਆਂ ਇਹਨਾਂ ਘੜੀਆਂ ਦੇ ਵਿੱਚੋਂ ਗੁਜ਼ਰਦੇ ਹਨ, ਜਿੱਥੇ ਨਗਰ ਦੇ ਲੋਕ ਦੁੱਖ ਸਾਂਝਾ ਕਰਨ ਵਾਸਤੇ ਆਏ ਉੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੀ ਇਹਨਾਂ ਦੇ ਘਰ ਪਹੁੰਚੇ, ਦੁੱਖ ਜ਼ਾਹਰ ਕੀਤਾ, ਦੁੱਖ ਵੰਡਾਇਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜੋ ਉਸ ਵੇਲੇ ਭਾਈ ਜੇਠਾ ਜੀ ਕਰਕੇ ਜਾਣੇ ਜਾਂਦੇ ਨੇ, ਨਾਮ ਤੇ ਮੁੱਢ ਤੋਂ ਹੀ ਰਾਮਦਾਸ ਸੀ ਪਰ ਵੱਡਾ ਹੋਣ ਕਰਕੇ ਘਰ ਦੇ ਵਿੱਚ ਨਾਮ ਜੇਠਾ ਪ੍ਰਸਿੱਧ ਹੋ ਗਿਆ ਸੀ। ਬੁੱਢੜੀ ਨਾਨੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਆਖਿਆ, ਧੀ ਚਲੀ ਗਈ, ਮੇਰਾ ਜਵਾਈ ਤੁਰ ਗਿਆ ਤੇ ਮੈਂ ਵੀ ਕਿੰਨੇ ਕੁ ਦਿਨਾਂ ਦੀ ਪ੍ਰਾਹੁਣੀ ਆ। ਬੋਲੋ ਵਾਹਿਗੁਰੂ। ਬੜੀ ਵੱਡੀ ਗੱਲ ਹੁੰਦੀ ਹੈ ਜਦੋਂ ਕੋਈ ਬੰਦਾ ਇਸ ਨਜ਼ਰੀਏ ਤੱਕ ਪਹੁੰਚ ਜਾਏ ਕਿ ਦੂਜਾ ਵੀ ਤੁਰ ਗਿਆ, ਉਹ ਵੀ ਤੁਰ ਗਿਆ ਤੇ ਮੈਂ ਵੀ ਕਿਹੜਾ ਰਹਿਣਾ ਹੈ। ਅਕਸਰ ਸਾਡੀ ਸੋਚ ਇੱਥੇ ਖੜੀ ਹੈ ਕਿ ਦੂਜੇ ਜਾਂਦਿਆਂ ਨੂੰ ਦੇਖ ਕੇ ਵੀ ਸਾਨੂੰ ਆਪਣਾ ਜਾਣਾ ਚੇਤੇ ਨਹੀਂ ਹੈ। ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਿ ਜਿਹੜੀ ਘਟਨਾ, ਜਿਹੜੀ ਟ੍ਰੈਜਡੀ ਹਰ ਰੋਜ਼ ਤੇਰੇ ਨੇਤਰਾਂ ਦੇ ਸਾਹਮਣੇ, ਤੇਰੀਆਂ ਅੱਖਾਂ ਦੇ ਸਾਹਮਣੇ ਵਾਪਰਦੀ ਹੈ, ਤੂੰ ਉਹਦੇ ਤੋਂ ਵੀ ਮੁਨਕਰ ਹੋ ਕੇ ਬੈਠਾ ਹੈ। ਭਗਤ ਜੀ ਕਹਿੰਦੇ ਨੇ ਉਪਜੈ ਨਿਪਜ ਸਮਾਈ ਨੈਣ ਹੈ ਦੇਖਤ ਇਹ ਜੱਗ ਜਾਈ। ਕਹਿੰਦੇ ਅੱਖਾਂ ਦੇ ਸਾਹਮਣੇ ਸੰਸਾਰ ਉਪਜਦਾ ਹੈ, ਪੈਦਾ ਹੁੰਦਾ ਹੈ, ਬੱਚੇ ਪੈਦਾ ਹੋ ਰਹੇ ਨੇ, ਜਨਮ ਲੈ ਰਹੇ ਨੇ, ਜਵਾਨ ਹੋ ਰਹੇ ਨੇ ਤੇ ਕਹਿੰਦੇ ਤੇਰੀਆਂ ਅੱਖਾਂ ਦੇ ਸਾਹਮਣੇ ਬਹੁਤੀ ਦੁਨੀਆਂ ਤੁਰੀ ਜਾ ਰਹੀ ਹੈ ਪਰ ਤੈਨੂੰ ਆਪਣਾ ਜਾਣਾ ਚੇਤੇ ਨਹੀਂ। ਬੁੱਢੜੀ ਮਾਈ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਮੇਰਾ ਵੀ ਥੋੜ੍ਹਾ ਹੀ ਸਮਾਂ ਹੈ, ਇਹਦਾ ਖਿਆਲ ਰੱਖਿਓ, ਇਹਦਾ ਕੋਈ ਨਹੀਂ। ਉਸ ਵੇਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਿਹਦਾ ਕੋਈ ਨਾ ਹੋਵੇ, ਹੈ ਤੇ ਪਰਮਾਤਮਾ ਸਾਰਿਆਂ ਦਾ ਪਰ ਜਿਹਦਾ ਕੋਈ ਨਾ ਹੋਵੇ ਉਹਦਾ ਪਹਿਲਾਂ ਬਣ ਜਾਂਦਾ ਹੈ। ਬੋਲੋ ਵਾਹਿਗੁਰੂ। ਹੈ ਤੇ ਸਾਰਿਆਂ ਦਾ ਪਰ ਜਿਹੜਾ ਸਮਝੇ ਨਾ ਕਿ ਮੇਰਾ ਕੋਈ ਨਹੀਂ, ਉਹਨੂੰ ਫਿਰ
ਨਵੇਂ ਢੰਗ ਤਰੀਕੇ ਨਾਲ ਛੇਤੀ ਮਿਲ ਪੈਂਦਾ ਹੈ, ਕੋਲ ਆ ਜਾਂਦਾ ਉਹਦੇ, ਸਮਾਂ ਗੁਜ਼ਰਦਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵ ਕਮਾ ਕੇ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਣ ਗਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹੁਕਮ ਦੇ ਮੁਤਾਬਕ ਆਪ ਜੀ ਨੇ ਗੋਇੰਦਵਾਲ ਸਾਹਿਬ ਸ਼ਹਿਰ ਵਸਾਇਆ ਹੈ। ਬਾਸਰ ਕੇ ਨਗਰ ਦੇ ਜਿੱਥੇ ਹੋਰ ਪਰਿਵਾਰ ਗੋਇੰਦਵਾਲ ਸਾਹਿਬ ਜਾ ਕੇ ਵਸਣ ਲੱਗ ਪਏ, ਉੱਥੇ ਬੁੱਢੜੀ ਮਾਤਾ ਨੇ ਭਾਈ ਜੇਠੇ ਦੀ ਉਂਗਲ ਫੜੀ ਅਤੇ ਬਾਸਰ ਕੇ ਤੋਂ ਚੱਲ ਕੇ ਇਹ ਵੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਆ ਗਏ। ਆਏ ਆਪਾਂ ਸਾਰੇ ਹੀ ਹਾਂ, ਉਹ ਆਏ ਇਸ ਤਰ੍ਹਾਂ ਆਏ ਮੁੜ ਕੇ ਗਏ ਨਹੀਂ। ਬੋਲੋ ਵਾਹਿਗੁਰੂ ਵਾਹਿਗੁਰੂ। ਬਲਦੀ ਹੋਈ ਸ਼ਮਾਂ ਦੇ ਉੱਤੇ ਬੜੇ ਕੀੜੇ ਆਉਂਦੇ ਨੇ, ਬਲਦੀ ਹੋਈ ਲਾਈਟ ਦੇ ਉੱਤੇ ਬੜੇ ਭੰਮਟ ਆਉਂਦੇ ਨੇ, ਸਾਰੇ ਮੁੜ ਜਾਂਦੇ ਨੇ ਪਰ ਪ੍ਰਵਾਨਾ ਤੇ ਕਦੇ ਨਹੀਂ ਮੁੜਦਾ। ਉਹ ਆਉਂਦਾ ਜ਼ਰੂਰ ਹੈ ਪਰ ਵਾਪਸੀ ਬਾਰੇ ਸੋਚ ਕੇ ਨਹੀਂ ਆਉਂਦਾ, ਉੱਥੇ ਦਗਧ ਹੋ ਜਾਂਦਾ ਹੈ, ਉੱਥੇ ਸੜ ਜਾਂਦਾ ਹੈ, ਉੱਥੇ ਹੀ ਸਮਾ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦਾ ਸਿੱਖ ਗੁਰੂ ਕੋਲ ਆਉਂਦਾ ਹੈ, ਗੁਰੂ ਕੋਲ ਹੀ ਰਹਿਣ ਵਾਸਤੇ ਆਉਂਦਾ, ਵਾਪਸ ਮੁੜਨ ਵਾਸਤੇ ਨਹੀਂ ਆਉਂਦਾ। ਬੋਲੋ ਵਾਹਿਗੁਰੂ ਵਾਹਿਗੁਰੂ। ਵਾਪਸੀ ਕਿੱਥੇ ਹੈ? ਪਿੱਛੇ ਤੇ ਬੜਾ ਫਿੱਕਾ ਜੀਵਨ ਹੈ, ਅੱਗੇ ਤੇ ਆਨੰਦ ਹੀ ਆਨੰਦ ਹੈ। ਇੱਕ ਕਦਮ ਅਗਾਂਹ ਤਰੋ ਆਨੰਦ ਹੈ, ਉਸ ਤੋਂ ਅੱਗੇ ਜਾਓ ਹੋਰ ਆਨੰਦ ਹੈ, ਉਸ ਤੋਂ ਅੱਗੇ ਜਾਓ ਹੋਰ ਆਨੰਦ ਹੈ। ਤੇ ਕਿਹੜਾ ਛੱਡੇ ਉਸ ਆਨੰਦ ਨੂੰ, ਕਿਉਂ ਪਿੱਛੇ ਮੁੜਿਆ ਜਾਏ ਭਾਈ? ਇਸ ਕਰਕੇ ਮਹਾਰਾਜ ਜੀ ਕਹਿੰਦੇ ਅਗਾਹਾਂ ਕੋ ਤਰਾਂਦ, ਪਿੱਛੇ ਮੁੜ ਮੁੜ ਕੇ ਨਾ ਦੇਖ ਕੇ ਕੌਣ ਆਇਆ ਕੌਣ ਨਹੀਂ। ਅਗਾਹਾਂ ਕੋ ਤਰਾਂਦ, ਪਿੱਛੇ ਫੇਰ ਨਾ ਮੋਢੜਾ, ਪਿੱਛੇ ਨੂੰ ਮੋਢੇ ਕਰਕੇ ਨਾ ਜਾਈ, ਪਛਾਹ ਨਾ ਮੁੜੀ, ਜੇ ਤੁਰ ਪਿਆ ਤੇ ਤੁਰਿਆ ਆ ਜਾ, ਅੱਗੇ ਆ ਜਾ। ਤੇਰਾ ਘਰ, ਤੇਰੀ ਮੰਜ਼ਿਲ, ਤੇਰਾ ਡੈਸਟੀਨੇਸ਼ਨ ਜਿਹੜਾ ਨਾ ਉਹ ਅੱਗੇ ਹੈ, ਉੱਚੀ ਥਾਂ ਤੇ ਹੈ। ਬੋਲੋ ਵਾਹਿਗੁਰੂ। ਬੁੱਢੜੀ ਨਾਨੀ ਦੀ ਉਂਗਲ ਫੜ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ ਨੇ। ਇੱਕ ਬੇਨਤੀ ਕਰਾਂ, ਜਿਹੜਾ ਬੰਦਾ ਕਦੇ ਗੁਰੂ ਦੇ ਕੋਲ ਨਹੀਂ ਰਹਿੰਦਾ, ਧਿਆਨ ਦੇਣਾ, ਗੁਰੂ ਦੀ ਗੱਲ ਨਹੀਂ ਮੰਨਦਾ, ਗੁਰੂ ਦੀ ਆਗਿਆ ਨਹੀਂ ਕਮਾਉਂਦਾ, ਗੁਰੂ ਦੀ ਸੇਵਾ ਨਹੀਂ ਕਰਦਾ, ਦੁਨੀਆਂ ਦੇ ਲੋਕ ਕਦੇ ਉਹਦੀ ਆਗਿਆ ਵੀ ਨਹੀਂ ਮੰਨਦੇ। ਜਿਹੜਾ ਗੁਰੂ ਦੀ ਆਗਿਆ ਮੰਨਦਾ ਹੈ, ਸਾਰੀ ਸ੍ਰਿਸ਼ਟੀ ਉਹਦੀ ਆਗਿਆ ਮੰਨਦੀ ਹੈ, ਪ੍ਰਕਿਰਤੀ ਉਹਦੀ ਆਗਿਆ ਵਿੱਚ ਆ ਜਾਂਦੀ ਹੈ, ਪਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਉਹਦੀ ਆਗਿਆ ਵਿੱਚ ਆ ਜਾਂਦੀਆਂ। ਦੇਖੋ ਅੱਜ ਸਮੁੱਚਾ ਸੰਸਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜਾ ਕੇ ਇੱਕੋ ਹੀ ਬੇਨਤੀ ਕਰਦਾ ਹੈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਜਿਹੜਾ ਵੱਡੇ ਘਰਾਂ ਦਾ ਮਾਲਕ ਹੈ, ਬੰਗਲਿਆਂ ਦਾ ਮਾਲਕ ਹੈ, ਮਹਿਲਾਂ ਦਾ ਮਾਲਕ ਹੈ, ਉਹ ਵੀ ਆਪਣੇ ਮਹਿਲਾਂ ਨੂੰ ਭੁੱਲ ਕੇ ਗੁਰੂ ਰਾਮਦਾਸ ਜੀ ਨੂੰ ਕਹਿੰਦਾ ਮੈਨੂੰ ਆਪਣੇ ਕੋਲ ਰੱਖ ਲੈ। ਤੇ ਜਿਹੜਾ ਝੋਂਪੜੀਆਂ ਵਿੱਚ ਰਹਿਣ ਵਾਲਾ ਜਿਹਦਾ ਆਸਰਾ ਹੀ ਕੋਈ ਨਹੀਂ, ਉਹ ਵੀ ਆਵਾਜ਼ ਇੱਕੋ ਹੀ ਦੇ ਰਿਹਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮੈਨੂੰ ਰੱਖ ਲੈ, ਤੂੰ ਆਪਣੇ ਘਰ ਵਿੱਚ ਰੱਖ ਲੈ ਮੈਨੂੰ। ਆਓ ਭੱਟ ਕੀਰਤ ਜੀ ਦੇ ਬਚਨ ਨੇ, ਇਹ ਸਿਰਫ ਗਾਉਣੇ ਨਹੀਂ ਆ ਗੁਰੂ, ਕੀਰਤਨ ਸਿਰਫ ਗਾਉਣ ਤੱਕ ਸੀਮਤ ਨਹੀਂ ਹੈ। ਅੱਗੇ ਆਪਾਂ ਥੋੜ੍ਹੀ ਜਿਹੀ ਵਿਚਾਰ ਕਰਾਂਗੇ। ਕੀਰਤਨ ਇੱਕ ਭਗਤੀ ਹੈ, ਬਹੁਤ ਵੱਡੀ ਭਗਤੀ ਹੈ। ਆਚਾਰੀਆ ਰਜਨੀਸ਼ ਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਬਚਿਆ, ਉਹਨਾਂ ਨੇ ਜਪਜੀ ਸਾਹਿਬ ਦਾ ਟੀਕਾ ਵੀ ਕੀਤਾ, ਬੜਾ ਮਸ਼ਹੂਰ ਹੋਇਆ ਸੰਸਾਰ ਦੇ ਵਿੱਚ। ਉਹਨਾਂ ਦਾ ਆਪਣਾ ਨਜ਼ਰੀਆ ਸੀ ਦੇਖਣ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ। ਉਹ ਕਹਿੰਦੇ ਮੈਂ ਬੜੇ ਪੈਗੰਬਰ ਅਵਤਾਰਾਂ ਦੀਆਂ ਜੀਵਨੀਆਂ ਪੜ੍ਹੀਆਂ, ਜਿਨ੍ਹਾਂ ਨੇ ਬਹੁਤ ਕੁਝ ਕੀਤਾ, ਸਮਾਧੀਆਂ ਲਾਈਆਂ, ਧਿਆਨ ਸਾਧਨਾ ਕੀਤੇ, ਜਲ ਧਾਰੇ ਕੀਤੇ ਰੱਬ ਨੂੰ ਮਨਾਉਣ ਵਾਸਤੇ। ਕਹਿੰਦੇ ਜਦੋਂ ਮੈਂ ਗੁਰੂ ਨਾਨਕ ਸਾਹਿਬ ਨੂੰ ਦੇਖਿਆ, ਉਹਨਾਂ ਨੇ ਸਿਰਫ ਗਾਇਆ ਹੈ। ਉਹਨਾਂ ਨੇ ਸਿਰਫ ਗਾਇਆ ਹੈ, ਤੇ ਗਾਇਆ ਹੀ ਇਸ ਢੰਗ ਨਾਲ ਹੈ, ਗਾ ਕੇ ਹੀ ਪਾ ਲਿਆ।
ਗਾ ਕੇ ਪਾ ਲਿਆ ਵਾਹਿਗੁਰੂ ਨੇ। ਆਓ, ਕੀਰਤਨ ਦੇਖਣ ਦਾ ਵਿਸ਼ਾ ਨਹੀਂ ਹੈ, ਦੋ ਕੰਮ ਇਕੱਠੇ ਕਦੇ ਨਹੀਂ ਹੋ ਸਕਦੇ, ਜਾਂ ਸੁਣੋ ਤੇ ਜਾਂ ਦੇਖੋ। ਆਓ ਇੱਕੋ ਕੰਮ ਕਰੀਏ ਜੋ ਗੁਰੂ ਪਾਤਸ਼ਾਹ ਜੀ ਨੇ ਜੁਗਤ ਸਾਨੂੰ ਦੱਸੀ ਹੈ, ਸਰਵਣੀ ਸੁਣੀ ਹੈ, ਰਸਨਾ ਗਾਈ ਹੈ, ਹਿਰਦੈ ਧਿਆਈ ਹੈ, ਸੁਣੀ ਉਸ ਜੁਗਤ ਦੇ ਧਾਰਨੀ ਬਣ ਕੇ ਭੱਟ ਜੀ ਦੇ ਪਿੱਛੇ ਪਿੱਛੇ ਬੋਲਦਿਆਂ ਹੋਇਆ ਇੱਕ ਮੰਗ ਮੰਗੀਏ। ਸਾਰੀ ਸੰਗਤ ਨੂੰ ਬੇਨਤੀ ਹੈ, ਪੜਿਓ, ਥੋੜੀਆਂ ਵਿਚਾਰਾਂ ਆਪਾਂ ਹੋਰ ਕਰਾਂਗੇ ਮਹਾਰਾਜ ਦੇ ਚਰਨਾਂ ਨੂੰ ਜੁੜ ਕੇ। ਸਾਰੇ ਹਾਜ਼ਰੀ ਮੰਗਦੇ ਗੁਰੂ ਰਾਮਦਾਸ ਰੱਖੋ ਸਰਣਾਈ, ਗੁਰੂ ਰਾਮਦਾਸ ਰੱਖੋ ਸਰਣਾਈ, ਗੁਰੂ ਰਾਮਦਾਸ ਰੱਖੋ ਸਰਣਾਈ। ਅਮਰਤ ਛਾਟ
माया मोह परम पै भुले सुत दारा सिउ प्रीत लगाई। एक उत्तम पंथ सुनियो गुरु संगत तह मिलंत जम त्रास मिटाई। एक अरदास पाठ कीर्त की गुरु रामदास रख हो सरणाई। भट जी कहंदे उत्तम पंथ उच्चा रस्ता श्रेष्ठ मार्ग पता लग गया। संगत तो वड्डा कोई रस्ता नहीं, उच्चा कोई रस्ता नहीं, पता लग गया। सच्चे पातशाह मैनू अपनी शरण विच रखो, मैं तेरी शरण आया। गुरु रामदास सच्चे पातशाह जी जदों गोविंदवाल साहब की धरती ते गए, निमाणिया दे मान, निताणिया दे तान, न्योटिया दी ओट, ਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਤਰਿਆਂ ਦੇ ਧਿਰ, ਨਿਧੀਰਨ ਕੇ ਧੀਰ, ਪੀਰਨ ਕੇ ਪੀਰ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੁੱਢੜੀ ਮਾਈ ਨੇ ਆਖਿਆ, ਇਹਦਾ ਕੋਈ ਨਹੀਂ, ਇਹਨੂੰ ਆਪਣੇ ਕੋਲ ਰੱਖ ਲਓ। ਬੋਲੋ ਵਾਹਿਗੁਰੂ। ਬੜਾ ਔਖਾ ਉਹਨਾਂ ਵਾਸਤੇ ਇਹ ਕਹਿਣਾ ਜਿਨ੍ਹਾਂ ਦਾ ਸਾਰਾ ਕੁਝ ਹੋਵੇ ਤੇ ਫਿਰ ਕਹਿਣ ਸਾਡਾ ਕੋਈ ਨਹੀਂ। ਬੋਲੋ ਵਾਹਿਗੁਰੂ। ਆਪਾਂ ਵੀ ਕਦੇ ਕਦੇ ਕਹਿ ਦਿੰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ, ਪਰ ਮਨ ਚ ਆਵਾਜ਼ ਆਉਂਦੀ ਹੈ ਕਿਉਂ ਨਹੀਂ ਹੈਗਾ। ਇੰਨਾ ਕੁਝ ਤੇ ਹੈ, ਪਰਿਵਾਰ ਹੈ, ਪੈਸਾ ਹੈ, ਪ੍ਰੋਪਰਟੀ ਹੈ, ਬੱਚੇ ਨੇ, ਇੱਜ਼ਤ ਹੈ, ਮਾਣ ਹੈ, ਇੰਨਾ ਕੁਝ ਹੈ। ਉੱਪਰੋਂ ਕਹਿੰਦਾ ਸਿਰਫ ਤੂੰ ਹੀ ਹੈ, ਤੇਰੇ ਤੋਂ ਬਿਨਾਂ ਕੋਈ ਨਹੀਂ ਹੈ।
ਗੁਰੂ ਸਾਹਿਬ ਕਹਿੰਦੇ ਮੈਂ ਇਹ ਨਹੀਂ ਚਾਹੁੰਦਾ ਕਿ ਤੇਰੇ ਕੋਲ ਕੁਝ ਨਾ ਹੋਵੇ। ਬੋਲੋ ਵਾਹਿਗੁਰੂ। ਮੈਂ ਤੇ ਚਾਹੁੰਦਾ ਤੇਰੇ ਕੋਲ ਸਭ ਕੁਝ ਹੋਵੇ, ਪਰ ਸਭ ਕੁਝ ਹੁੰਦਿਆਂ ਹੁੰਦਿਆਂ ਤੈਨੂੰ ਇਹ ਪਤਾ ਲੱਗ ਜੇ ਕਿ ਜੋ ਕੁਝ ਤੇਰੇ ਕੋਲ ਹੈ, ਜੋ ਤੈਨੂੰ ਬਾਹਰਲੀਆਂ ਅੱਖਾਂ ਨਾਲ ਦਿਸਦਾ ਹੈ, ਇਹਦਾ ਸੰਬੰਧ ਕੇਵਲ ਤੇਰੇ ਸਰੀਰ ਨਾਲ ਹੈ, ਤੇਰੀ ਜਿੰਦ ਨਾਲ ਨਹੀਂ ਹੈ, ਤੇਰੀ ਰੂਹ ਨਾਲ ਨਹੀਂ ਹੈ, ਤੇਰੇ ਆਪਣੇ ਆਪੇ ਨਾਲ ਨਹੀਂ ਹੈ। ਮੈਂ ਤੈਨੂੰ ਇਹੀ ਦਿਖਾਉਣਾ ਚਾਹੁੰਦਾ ਹਾਂ ਕਿ ਜਿੰਨਾ ਦੁਨੀਆਂ ਦਾ ਹਜੂਮ ਤੇਰੇ ਦੁਆਲੇ ਇਕੱਠਾ ਉਮੜਿਆ ਹੈ ਨਾ, ਤੈਨੂੰ ਜਿਉਂਦੇ ਜੀ ਦਿਸ ਪਵੇ ਕਿ ਇਹ ਚਾਰ ਕਦਮਾਂ ਦੇ ਸਾਥੀ ਨੇ, ਇੱਕ ਦਿਨ ਮੈਂ ਇਕੱਲੇ ਨੇ ਰਹਿ ਜਾਣਾ ਸੱਚੇ ਪਾਤਸ਼ਾਹ। ਮੈਂ ਬਾਅਦ ਵਿੱਚ ਤੁਹਾਨੂੰ ਆਖਾਂ ਕਿ ਹੁਣ ਮੇਰੇ ਨਾਲ ਤੁਰੋ, ਮੈਂ ਅੱਜ ਹੀ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਮੇਰੇ ਅੱਜ ਹੀ ਤੁਸੀਂ ਬਣ ਜਾਓ, ਮੈਂ ਤੁਹਾਡਾ ਬਣ ਜਾਵਾਂ। ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ, ਕਿਸ ਹੀ ਕੋਈ ਕੋਏ ਮੰਦ ਨਿਮਾਣੀ ਇੱਕ ਤੋਂ, ਕਿਉਂ ਨਾ ਮਰੀਜਾ ਰੋਏ ਜਾ ਲੱਗ ਚਿੱਤ ਨਾ ਆਵੇ। ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਪਰ ਮੇਰਾ ਤੇ ਹੈ ਹੀ ਕੋਈ ਨਹੀਂ, ਮੇਰਾ ਤੇ ਇੱਕ ਤੋਂ ਹੀ ਹੈ। ਆਓ, ਗੁਰੂ ਪਾਤਸ਼ਾਹ ਜੀ ਨੇ ਜੋ ਕਿਰਪਾ ਕੀਤੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਸੇਵਾ ਚ ਲਾ ਲਿਆ। ਇੱਥੇ ਥੋੜੇ ਹੀ ਸਮੇਂ ਬਾਅਦ ਨਾਨੀ ਦਾ ਬਾਹਰੀ ਸਹਾਰਾ ਵੀ ਟੁੱਟ ਗਿਆ, ਉਹ ਵੀ ਪਰਲੋਕ ਗਮਨ ਕਰ ਗਏ। ਹੁਣ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿ ਕੇ ਭਾਈ ਜੇਠਾ ਜੀ ਜਿੱਥੇ ਘੁੰਗਣੀਆਂ ਵੇਚਣ ਦੀ ਕਿਰਤ ਕਰਦੇ ਆ, ਉੱਥੇ ਸੇਵ ਕਮਾਉਂਦੇ ਆ, ਸੇਵਾ ਕਰਨੀ ਤੇ ਸੇਵਾ ਕਮਾਉਣੀ ਹੈ। ਬੋਲੋ ਵਾਹਿਗੁਰੂ। ਆਪਾਂ ਸਾਰੇ ਬਚਨ ਪੜ੍ਹਦੇ ਨਾ, ਵਿੱਚ ਦੁਨੀਆ ਸੇਵ ਕਮਾਈ ਹੈ, ਕਹਿੰਦੇ ਆਪਾਂ ਸਾਰਿਆਂ ਕਿ ਅਸੀਂ ਸੇਵਾ ਕਰਦੇ ਹਾਂ। ਸੇਵਾ ਕਮਾਈ ਬਣ ਜੇ, ਕਮਾਈ ਸੇਵਾ ਧਨ ਬਣ ਜੇ, ਸੇਵਾ ਪੂੰਜੀ ਬਣ ਜੇ, ਸੇਵਾ ਅੰਦਰ ਦਾ ਸਹਾਰਾ ਬਣ ਜੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤਕਰੀਬਨ 21 ਸਾਲ ਦਾ ਸਮਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿ ਕੇ ਸੇਵਾ ਕਮਾਈ ਹੈ। ਆਪਾਂ ਕਹਿ ਦਿੰਦੇ ਹਾਂ ਸੇਵਾ ਕੀਤੀ, ਕੀਤੀ ਤੇ ਕਿਰਤ ਜਾਂਦੀ ਹੈ, ਸੇਵਾ ਤੇ ਕਮਾਈ ਜਾਂਦੀ ਹੈ। ਸੇਵਾ ਤੁਹਾਡੇ ਅੰਦਰ ਦੀ ਕਮਾਈ ਹੈ, ਸੇਵਾ ਵਿੱਚੋਂ ਕਮਾਇਆ ਧਨ ਨਾ ਨਿਖੁੱਟ ਸਕਦਾ, ਨਾ ਕੋਈ ਖੋਹ ਸਕਦਾ, ਨਾ ਗਵਾਚ ਸਕਦਾ ਹੈ। ਉਹ ਸੇਵਾ ਦਾ ਧਨ ਖਰਚ ਕੇ ਬੰਦਾ ਸਿਮਰਨ ਤੱਕ ਪਹੁੰਚ ਜਾਂਦਾ। ਬੋਲੋ ਵਾਹਿਗੁਰੂ। ਕਿਉਂਕਿ ਰਸਤਾ ਸਾਫ ਕਰ ਦਿੰਦੀ ਨਾ ਸੇਵਾ, ਜੇਬਾਂ ਭਰ ਦਿੰਦੀ ਸੇਵਾ, ਫਿਰ ਉਹ ਸੇਵਾ ਦੇ ਧਨ ਨੂੰ ਖਰਚ ਕੇ ਬੰਦਗੀ ਤੱਕ ਪਹੁੰਚਿਆ ਜਾਂਦਾ, ਸਿਮਰਨ ਤੱਕ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੇਵਾ ਕਰਦੇ ਨੇ, ਬੌਲੀ ਸਾਹਿਬ ਦੀ ਸੇਵਾ ਆਰੰਭ ਹੋਈ ਤੇ ਸੇਵਾਦਾਰ ਬਣ ਕੇ ਟੋਕਰੀ ਢੋਂਦੇ ਆ। ਜੇ ਦੀਵਾਨ ਸੱਜਦਾ ਹੈ, ਸੰਗਤ ਦਾ ਆਸਣ ਵਿਛਾਉਂਦੇ ਹੈ। ਬੋਲੋ ਵਾਹਿਗੁਰੂ। ਵਾਹਿਗੁਰੂ। ਮਾਣ ਨਾ ਕਰਿਓ ਗੁਰਮੁਖੋ, ਪਰ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਹਾਂ। ਇਹ ਕ੍ਰੈਡਿਟ ਜਿਹੜਾ ਹੈ, ਇਹ ਭਾਈ ਦਲਵੀਰ ਸਿੰਘ ਦੇ ਵੀਰ ਮਾਲਵਿੰਦਰ ਸਿੰਘ ਹੋਰਾਂ ਨੂੰ ਜਾਂਦਾ ਹੈ। ਜਦੋਂ ਆਪਾਂ ਸਰਵੇ ਕਰਨ ਲੱਗੇ ਨਾ ਪੂਰੇ ਨਿਊਜ਼ੀਲੈਂਡ ਦੇ, ਤੇ ਸਿੱਧਾ ਮਨ ਤੁਹਾਡਾ ਇੱਥੇ ਆ ਕੇ 100% ਪ੍ਰਸੰਨ ਹੋਏਗਾ, ਜਿੱਥੇ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਪਛਾਈ ਪ੍ਰੋਪਰ ਢੰਗ ਨਾਲ ਹੋਈ ਹੈ। ਬੋਲੋ ਵਾਹਿਗੁਰੂ। ਸਵੱਛਤਾ ਹੈ, ਲੱਗਦਾ ਹੈ ਕਿ ਗੁਰੂ ਸਾਹਿਬ ਦਾ ਦਰਬਾਰ ਹੈ। ਕਿਵੇਂ ਕਰਦੇ ਹੋ, ਬਹੁਤਿਆਂ ਨੇ ਦਰਬਾਰ ਨੂੰ ਸਟੋਰ ਬਣਾਇਆ ਹੋਇਆ। ਬੋਲੋ ਵਾਹਿਗੁਰੂ। ਜੇ ਤੁਹਾਡੀਆਂ ਬਾਹਰੀ ਚੀਜ਼ਾਂ ਤਰਤੀਬ ਵਿੱਚ ਨਹੀਂ,
ਤੁਸੀਂ ਆਪ ਕਿੱਦਾਂ ਬੈਠੋਗੇ, ਫਿਰ ਮਨ ਕਿੱਦਾਂ ਤਰਤੀਬ ਜਾਊਗਾ। ਬਾਹਰ ਹੀ ਤੁਸੀਂ ਇੰਨਾ ਖਲਾਰਾ ਪਾ ਲਿਆ। ਤਿੰਨ ਚਾਰ ਦਿਨ ਪਹਿਲਾਂ ਵੀ ਅਸੀਂ ਕਿਤੇ ਐਗਜ਼ਾਮਪਲ ਦਿੱਤੀ ਸੀ। ਇੱਕ ਵਾਰ ਇੱਦਾਂ ਕਰੋ, ਸਾਰੀ ਸੰਗਤ ਨੂੰ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਓ, ਤਾਂ ਕਿ ਪਤਾ ਲੱਗੇ ਕਿ ਗੁਰੂ ਸਾਹਿਬ ਦਾ ਦਰਬਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਬੋਲੋ ਵਾਹਿਗੁਰੂ। ਕਿਵੇਂ ਕਰਿਓ, ਮੈਂ ਆਪਣੇ ਵਿਸ਼ੇ ਤੋਂ ਥੋੜ੍ਹਾ ਜਿਹਾ ਬਾਹਰ ਨਿਕਲਿਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਰੀਆਂ ਝਾੜਦੇ ਨੇ, ਪੱਖਾ ਫੇਰਦੇ ਨੇ, ਪਾਣੀ ਢੋਂਦੇ ਨੇ, ਟੋਕਰੀ ਚੁੱਕਦੇ ਨੇ, ਸੇਵਾ ਕਰਦੇ ਨੇ। ਅੱਜ ਮਾਤਾ ਮਨਸਾ ਦੇਵੀ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਲਾਹ ਕਰਦੇ ਨੇ, ਕਿਉਂਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦੋ ਸਪੁੱਤਰ ਹਨ, ਦੋ ਧੀਆਂ ਹਨ, ਬਾਬਾ ਮੋਹਨ ਤੇ ਬਾਬਾ ਮੋਹਰੀ ਜੀ, ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ, ਦੋ ਪੁੱਤਰੀਆਂ ਹਨ। ਬੀਬੀ ਦਾਨੀ ਜੀ ਵਿਆਹੇ ਗਏ ਹਨ ਭਾਈ ਰਾਮਾ ਜੀ ਦੇ ਨਾਲ, ਤੇ ਬੀਬੀ ਭਾਨੀ ਜੀ ਅਜੇ ਵਰਯੋਗ ਨੇ। ਮਾਤਾ ਮਨਸਾ ਦੇਵੀ ਜੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿੰਦੇ, ਕਿਉਂ ਨਾ ਆਪਾਂ ਬੀਬੀ ਭਾਨੀ ਜੀ ਦਾ ਵੀ ਹੁਣ ਰਿਸ਼ਤਾ ਕਰ ਦਈਏ, ਆਨੰਦ ਕਾਰਜ ਕਰ ਦਈਏ, ਵਿਆਹ ਕਰ ਦਈਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਠੀਕ ਹੈ, ਵਰ ਕਿੱਦਾਂ ਦਾ ਚਾਹੀਦਾ ਹੈ ਦੇਖੋ। ਗੁਰੂ ਅਧਿਆਤਮਕ ਹੀ ਨਹੀਂ ਸਿਖਾਉਂਦਾ, ਗੁਰੂ ਦੁਨਿਆਵੀ ਰਿਸ਼ਤਿਆਂ ਦੇ ਵਿੱਚੋਂ ਵੀ ਅਧਿਆਤਮਕ ਕੱਢ ਕੇ ਦੇ ਦਿੰਦਾ ਹੈ। ਬੋਲੋ ਵਾਹਿਗੁਰੂ। ਇਹ ਨਹੀਂ ਕਿ ਗੁਰੂ ਸਿਰਫ ਨਾਮ ਹੀ ਜਪਾਉਂਦਾ ਹੈ, ਗੁਰੂ ਤੇ ਹਰ ਕਦਮ ਤੇ ਸਾਡੀ ਰਹਿਨਮਾਈ ਕਰਦਾ। ਪਰ ਜੇ ਆਪਾਂ ਗੁਰੂ ਨੂੰ ਪੁੱਛ ਕੇ ਤੁਰੀਏ, ਗੁਰੂ ਤੇ ਕਹਿੰਦਾ ਲੋਭੀ ਕਾ ਵਸਾਹੋ ਨਾ ਕੀਤਾ ਜੇ ਕਾ ਪਾਰ ਵਸਾਏ। ਜਿਹੜਾ ਬੰਦਾ ਆਪਣੀ ਧੀ ਦੇ ਵਿਆਹ ਦਾ ਮੁੱਲ ਪਾਉਂਦਾ ਹੈ ਜਾਂ ਆਪਣੇ ਪੁੱਤ ਦੇ ਵਿਆਹ ਦਾ ਮੁੱਲ ਪਾਉਂਦਾ ਹੈ, ਮਹਾਰਾਜ ਜੀ ਨੇ ਕਹਿੰਦੇ ਇਹਦਾ ਵਸਾਹ ਨਾ ਕਰਿਓ, ਭਰੋਸਾ ਨਾ ਕਰਿਓ ਕਿ ਰਿਸ਼ਤਾ ਨਿਭੇਗਾ। ਜਿਹੜੇ ਰਿਸ਼ਤੇ ਦੀ ਬੁਨਿਆਦ ਲੋਭ ਤੋਂ ਟਿਕੇ, ਲੋਭ ਤੋਂ, ਲਾਲਚ ਤੋਂ, ਜਿਹੜੇ ਰਿਸ਼ਤੇ ਦੀ ਬੁਨਿਆਦ ਗੁਣਾ ਕਰਕੇ ਨਹੀਂ ਹੈ, ਉਹ ਰਿਸ਼ਤਾ ਪਹਿਲੀ ਤੇ ਗੱਲ ਟਿਕਦਾ ਹੀ ਨਹੀਂ, ਜੇ ਟਿਕਿਆ ਵੀ ਰਹੇ ਤੇ ਬੜਾ ਫਿੱਕਾ ਹੈ, ਬੇਸਵਾਦਲਾ ਹੈ, ਸਮਾਂ ਪਾਸ ਹੈ। ਬਹੁਤੀ ਦੁਨੀਆ ਸਮਾਂ ਹੀ ਪਾਸ ਕਰਦੀ ਹੈ ਗੁਰੂ ਕੋ। ਰਿਸ਼ਤਿਆਂ ਦੇ ਵਿੱਚੋਂ ਰਿਸ਼ਤਾ ਮੰਨਣਾ ਹੈ ਵਾਹਿਗੁਰੂ ਦਾ ਰਿਸ਼ਤਾ, ਰਿਸ਼ਤਿਆਂ ਵਿੱਚੋਂ ਰਿਸ਼ਤਾ ਲੱਭਣਾ ਹੈ ਮਾਂ ਦਾ ਰਿਸ਼ਤਾ। ਮਾਂ ਇੱਦਾਂ ਦੀ ਹੋਵੇ ਜਿਹਦੀ ਬੁੱਕਲ ਵਿੱਚ ਬੈਠ ਕੇ ਬਾਣੀ ਮਾਂ ਦੀਆਂ ਲੋਰੀਆਂ ਆਉਣ। ਪਿਤਾ ਇੱਦਾਂ ਦਾ ਹੋਵੇ ਜਿਸ ਪਿਤਾ ਦੇ ਸੀਨੇ ਲੱਗ ਕੇ ਬਾਜਾਂ ਵਾਲੇ ਪਿਤਾ ਦੀ ਯਾਦ ਆਵੇ। ਭਰਾ ਇੱਦਾਂ ਦੇ ਹੋਣ ਜਿਨ੍ਹਾਂ ਭਰਾਵਾਂ ਦੇ ਵਿੱਚ ਬੈਠ ਕੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਫਤਿਹ ਸਿੰਘ ਯਾਦ ਹੋ। ਬੋਲੋ ਵਾਹਿਗੁਰੂ। ਧੀ ਇੱਦਾਂ ਦੀ ਹੋਵੇ ਜਿਸ ਧੀ ਦੇ ਕੋਲ ਬੈਠ ਕੇ ਬੀਬੀ ਭਾਨੀ ਦੇ ਦਰਸ਼ਨ ਹੋ ਜਾਣ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਰਿਸ਼ਤਾ ਕਿੱਦਾਂ ਦਾ ਚਾਹੀਦਾ ਹੈ। ਹੁਣ ਦੇਖੋ, ਦੁਨਿਆਵੀ ਮਾਂ ਦੇ ਸਾਹਮਣੇ ਜਦੋਂ ਧੀ ਦੇ ਰਿਸ਼ਤੇ ਦੀ ਕੋਈ ਤਸਵੀਰ ਉੱਭਰਦੀ ਹੈ, ਸਭ ਤੋਂ ਪਹਿਲਾਂ ਸਰੀਰਕ ਤਲ ਤੇ ਸੁੰਦਰ ਹੋਵੇ, ਕੱਪੜੇ ਸੋਹਣੇ ਹੋਣ, ਘਰ ਵੱਡਾ ਹੋਵੇ, ਪੜ੍ਹਿਆ ਲਿਖਿਆ ਹੋਵੇ, ਸਮਾਜ ਦੇ ਵਿੱਚ ਚੰਗਾ ਨਾਮ ਆਉਣਾ ਹੋਵੇ, ਨਾਮਵਰ ਹੋਵੇ। ਇਹ ਸਾਰੀਆਂ ਚੀਜ਼ਾਂ ਆਪਾਂ ਧਿਆਨ 'ਚ ਰੱਖਦੇ ਹਾਂ ਨਾ, ਅਤੇ ਜਦੋਂ ਮਹਾਰਾਜ ਜੀ ਕਹਿੰਦੇ ਕਿੱਦਾਂ ਦਾ ਹੋਣਾ ਚਾਹੀਦਾ ਹੈ, ਸਾਹਮਣੇ ਲੰਘੇ ਸਾਹਮਣੇ ਭਾਈ ਜੇਠਾ ਜੀ ਸਾਰੇ ਹੀ ਕੱਪੜੇ ਮਿੱਟੀ ਨਾਲ ਲਿਬੜੇ ਹੋਏ, ਟੋਕਰੀ ਮਿੱਟੀ ਦੀ ਸੁੱਟ ਕੇ ਵਾਪਸ ਮੁੜੇ ਆਉਂਦੇ। ਮਾਤਾ ਦਇਆ ਜੀ ਕੌਰ ਜੀ ਕਹਿੰਦੇ, ਪੁੱਛਦੇ ਹੋ ਕਿੱਦਾਂ ਦਾ ਚਾਹੀਦਾ ਹੈ, ਕਹਿੰਦੇ ਉਦਾਂ ਦਾ, ਉਹ ਸਾਹਮਣੇ ਤੁਰਿਆ ਆਉਂਦਾ। ਬੋਲੋ ਵਾਹਿਗੁਰੂ। ਵਾਹਿਗੁਰੂ। ਉਦਾਂ ਦਾ ਚਾਹੀਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਦਾਂ ਦਾ ਹੋਰ ਤੇ ਕੋਈ ਨਹੀਂ ਹੋ ਸਕਦਾ, ਫਿਰ ਜਿੱਦਾਂ ਦਾ ਇਹ ਹੈ ਉਦਾਂ ਦਾ ਤੇ ਸਿਰਫ ਇਹੀ ਹੈ, ਹੋਰ ਕੋਈ ਨਹੀਂ ਹੈ ਦੁਨੀਆ ਤੇ। ਧਿਆਨ ਦੇਣਾ ਗੁਰਮੁਖੋ, ਹਕੀਕਤ ਇਹ ਹੈ ਕਿ ਜਿੱਦਾਂ ਦੇ ਆਪਾਂ ਸਾਰੇ ਹਾਂ
ਇਦਾਂ ਦੇ ਆਪਾਂ ਜਾ ਰਹੀ ਹਾਂ, ਆਪਣੇ ਵਰਗਾ ਵੀ ਹੋਰ ਕੋਈ ਨਹੀਂ ਹੋ ਸਕਦਾ। ਬੋਲੋ ਵਾਹਿਗੁਰੂ ਵਾਹਿਗੁਰੂ। ਜਦੋਂ ਆਪਾਂ ਆਪਣੇ ਨੂੰ ਪਛਾਣ ਲਵਾਂਗੇ, ਆਪਣੇ ਆਪੇ ਨੂੰ ਮਿਲ ਪਵਾਂਗੇ, ਗੱਲ ਸਾਡੇ ਨਾਲ ਵੀ ਇਹੀ ਬਣਨੀ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕੱਪੜੇ ਲਿਬੜੇ ਤੇ ਸਾਹਮਣੇ ਤੋਂ ਗੁਜਰਨ ਲੱਗੇ, ਮਾਤਾ ਦਇਆ ਕੌਰ ਜੀ ਕਹਿੰਦੇ ਇੱਦਾਂ ਦਾ ਚਾਹੀਦਾ ਹੈ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇੱਦਾਂ ਦਾ ਹੀ ਹੈ, ਤੇ ਫਿਰ ਕਿਉਂ ਨਾ ਇਹਨੂੰ ਹੀ ਆਪਾਂ ਆਪਣੀ ਧੀ ਦਾ ਰਿਸ਼ਤਾ ਕਰ ਦਈਏ। ਕੀ ਖਿਆਲ ਹੈ ਤੇਰਾ? ਮਾਤਾ ਦਇਆ ਕੌਰ ਜੀ ਮਾਂ ਦਾ ਦਿਲ ਸੀ, ਮਾਂ ਦਾ ਬੜਾ ਵੱਡਾ ਡਿਸੀਜਨ ਸੀ। ਕਹਿੰਦੇ ਬਾਕੀ ਤੇ ਸਾਰਾ ਕੁਝ ਠੀਕ ਹੈ, ਪਰ ਪ੍ਰੀਤਮਾ ਥੋੜਾ ਜਿਹਾ ਬਰੀਕੀ ਨਾਲ ਆਪਾਂ ਸਮਾਜਿਕ ਨਿਗਾਹ ਨਾਲ ਵੀ ਦੇਖੀਏ, ਤੇ ਜਿਸ ਘਰ ਦੇ ਵਿੱਚ ਧੀ ਨੂੰ ਤੋਰਿਆ ਜਾਂਦਾ ਹੈ, ਦੋ ਚਾਰ ਚੀਜ਼ਾਂ ਦੇਖੀਆਂ ਜਾਂਦੀਆਂ ਨੇ, ਘਰ ਪਰਿਵਾਰ ਖਾਣਾ ਪੀਣਾ ਕਿਸ ਤਰ੍ਹਾਂ ਦਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਗਾਂ ਵਾਲੀਏ ਕੀ ਹੋ ਗਿਆ ਜੇ ਅੱਜ ਦਿਸਦਾ ਹੈ ਕਿ ਇਹਦਾ ਪਰਿਵਾਰ ਕੋਈ ਨਹੀਂ। ਬੋਲੋ ਵਾਹਿਗੁਰੂ ਵਾਹਿਗੁਰੂ। ਮਾਪੇ ਨਹੀਂ, ਭੈਣਾਂ ਭਾਈ ਨਹੀਂ, ਕੋਈ ਨਹੀਂ ਸੰਸਾਰ ਵਿੱਚ, ਸਰੀਰਕ ਰਿਸ਼ਤਾ ਜੇ ਆਪਾਂ ਦੇਖਦੇ ਹਾਂ ਕੋਈ ਨਜ਼ਰ ਨਹੀਂ ਆਉਂਦਾ। ਦੂਸਰੀ ਗੱਲ ਕਰਦੇ ਉਹਦਾ ਘਰ, ਮਹਾਰਾਜ ਜੀ ਕਹਿੰਦੇ ਸੱਚ ਹੈ ਇਹਦਾ ਅੱਜ ਘਰ ਨਹੀਂ ਦਿਸਦਾ, ਪਰ ਹੋ ਸਕਦਾ ਵਕਤ ਕੁਝ ਇਦਾਂ ਦਾ ਆ ਜਾਏ। ਦੁਨੀਆ ਦੇ ਲੋਕਾਂ ਦੇ ਘਰਾਂ ਵਿੱਚ ਸੋਨਾ ਹੁੰਦਾ, ਘਰਾਂ ਵਿੱਚ ਸੋਨਾ, ਪਰ ਇਹਦਾ ਘਰ ਹੀ ਸੋਨੇ ਦਾ ਬਣ ਜੇ। ਬੋਲੋ ਵਾਹਿਗੁਰੂ ਵਾਹਿਗੁਰੂ। ਸੋਨੇ ਦੇ ਘਰ ਹੋਰਾਂ ਨੇ ਵੀ ਬੜੇ ਬਣਾਏ ਸੀ, ਵੱਡੀ ਗੱਲ ਇਹ ਨਹੀਂ ਹੈ, ਵੱਡੀ ਗੱਲ ਕੀ ਹੈ? ਬਾਣੀ ਕਹਿੰਦੀ ਹੈ ਲੰਕਾ ਗੜ੍ਹ ਸੋਨੇ ਕਾ ਪਿਆ, ਵੱਡੀ ਗੱਲ ਅਗਲੀ ਹੈ। ਮੂਰਖ ਰਾਵਣ ਕਿਆ ਲੈ ਗਿਆ? ਘਰ ਤੇ ਕੋਈ ਵੀ ਸੋਨੇ ਦਾ ਬਣਾ ਸਕਦਾ, ਹੀਰਿਆਂ ਦਾ ਬਣਾ ਸਕਦਾ, ਬੜੇ ਪੈਸੇ ਵਾਲੇ ਲੋਕ ਦੁਨੀਆਂ ਚ ਬੈਠੇ ਨੇ, ਪਰ ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਹੜੇ ਸੋਨੇ ਦੇ ਘਰਾਂ ਦੇ ਮਾਲਕ ਸੀ, ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਵੱਡੇ ਵੱਡੇ ਮਹਿਲ ਵੀ ਮਿੱਟੀ ਵਿੱਚ ਮਿਲ ਗਏ, ਖੰਡਰਾਤ ਬਣ ਗਏ, ਕੋਈ ਮੜੀ ਤੇ ਦੀਵਾ ਜਗਾਉਣ ਵਾਲਾ ਨਹੀਂ ਦਿਸਦਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਤੇਰਾ ਘਰ ਤੇ ਜੁਗੋ ਜੁਗ ਅਟਲ ਹੈ, ਜੁਗੋ ਜੁਗ ਕਦੇ ਨਾ ਮਿਟਣਾ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਘਰ ਇੱਦਾਂ ਦਾ ਵੀ ਹੋ ਸਕਦਾ ਹੈ ਜਿੱਦਾਂ ਦਾ ਦੁਨੀਆਂ ਤੇ ਕੋਈ ਹੋਏ ਹੀ ਨਾ। ਬੋਲੋ ਵਾਹਿਗੁਰੂ ਵਾਹਿਗੁਰੂ। ਕਹਿੰਦੇ ਪਰਿਵਾਰ ਦੀ ਗੱਲ ਕਰਦੇ ਹੋ, ਪਰਿਵਾਰ ਦੀ? ਕਹਿੰਦੇ ਠੀਕ ਹੈ ਅੱਜ ਇਹਦਾ ਪਰਿਵਾਰ ਨਹੀਂ, ਪਰ ਹੋ ਸਕਦਾ ਹੈ ਵਕਤ ਆਏ ਦੇ ਇਹਦਾ ਪਰਿਵਾਰ ਦੁਨੀਆਂ ਦੇ ਨਕਸ਼ੇ ਤੇ ਇੱਦਾਂ ਦਾ ਇਤਿਹਾਸ ਸਿਰਜ ਜਾਏ ਜਿਹੜਾ ਅੱਜ ਤੱਕ ਨਾ ਕੋਈ ਸਿਰਜ ਸਕਿਆ ਤੇ ਨਾ ਸਿਰਜ ਸਕੇ। ਬੋਲੋ ਵਾਹਿਗੁਰੂ ਵਾਹਿਗੁਰੂ। ਮਾਤਾ ਦਇਆ ਕੌਰ ਜੀ ਨੇ ਸੀਸ ਝੁਕਾਤਾ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੇਠਿਆ ਜਰਾ ਉਰਾ ਆਵਾਜ਼ ਦਿੱਤੀ। ਸਮਾਂ ਸਮਾਪਤ ਹੈ, ਬਾਕੀ ਤੁਸੀਂ ਇਸ਼ਾਰਾ ਕਰਦੇ ਹੋ ਪਿਆਰ ਦੇ ਪਲ ਬੜੇ ਥੋੜੇ ਹੁੰਦੇ ਨੇ, ਸੁੰਗੜ ਜਾਂਦੇ ਨੇ ਬੜੀ ਛੇਤੀ, ਵਿਛੋੜੇ ਦੀਆਂ ਰਾਤਾਂ ਬੜੀਆਂ ਲੰਬੀਆਂ, ਗੁਰੂ ਦੇ ਮਿਲਾਪ ਦੀਆਂ ਕੜੀਆਂ ਬੜੀ ਛੇਤੀ ਭੱਜਦੀਆਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜੇਠਿਆ ਉਰਾ ਦੌੜ ਕੇ ਆਏ, ਟੋਕਰੀ ਰੱਖੀ, ਹੱਥ ਪੈਰ ਝਾੜੇ, ਨਮਸਕਾਰ ਕੀਤੀ। ਹਾਂ ਸਾਹਿਬ ਜੀ, ਆਪ ਜੀ ਨੇ ਯਾਦ ਕੀਤਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਜੇਠਿਆ ਇੱਥੇ ਕੀ ਕਰਦਾ ਸੀ, ਕੀ ਲੈਣ ਆਇਆ ਇੱਥੇ ਗੋਇੰਦਵਾਲ ਸਾਹਿਬ? ਧਿਆਨ ਦੇਣਾ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੇਠਿਆ ਇੱਥੇ ਗੋਇੰਦਵਾਲ ਸਾਹਿਬ ਕੀ ਕਰਦਾ, ਕੀ ਲੈਣ ਆਇਆ ਤੂੰ?
ਬੜੀ ਅਧੀਨਗੀ ਨਾਲ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਆਵਾਜ਼ ਦਿੱਤੀ, ਸਾਹਿਬ ਜੀ ਕੋਈ ਹੈ ਹੀ ਨਹੀਂ ਸੀ ਕਿਹਦੇ ਕੋਲ ਜਾਂਦਾ, ਵਾਹਿਗੁਰੂ ਮੇਰਾ ਦੁਨੀਆਂ 'ਤੇ ਕੋਈ ਹੁੰਦਾ ਅਤੇ ਕਿਤੇ ਜਾਂਦਾ, ਮੇਰਾ ਹੈ ਹੀ ਕੋਈ ਨਹੀਂ ਸੀ, ਨਿਆਸਰਾ ਸੀ, ਅਨਾਥ ਸੀ, ਯਤੀਮ ਸੀ, ਲੋੜਵੰਦ ਸੀ, ਇਸ ਕਰਕੇ ਮੈਂ ਇੱਥੇ ਆ ਗਿਆ ਕਿ ਗੁਰੂ ਨਾਨਕ ਦੇ ਘਰ ਵਿੱਚ ਆਇਆ ਸਭ ਕੁਝ ਮਿਲ ਜਾਂਦਾ ਹੈ। ਧਿਆਨ ਦਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਗਲਾ ਸਵਾਲ ਕੀਤਾ, ਕਹਿੰਦੇ ਇਹ ਸੁਣ ਕੇ ਆਇਆ ਕਿ ਇੱਥੇ ਗਏ ਨੂੰ ਸਭ ਕੁਝ ਮਿਲ ਜਾਂਦਾ। ਭਾਈ ਜੇਠਾ ਜੀ ਕਹਿੰਦੇ ਮਹਾਰਾਜ ਹਾਂਜੀ ਇਹੀ ਸੁਣ ਕੇ ਆਇਆ ਸਭ ਕੁਝ ਮਿਲ ਜਾਂਦਾ। ਗੁਰੂ ਅਮਰਦਾਸ ਮਹਾਰਾਜ ਜੀ ਅੱਗੇ ਸਵਾਲ ਕਰਕੇ ਕਹਿੰਦੇ ਫਿਰ ਮਿਲਿਆ ਕਿ ਨਹੀਂ ਮਿਲਿਆ? ਬੋਲੋ ਵਾਹਿਗੁਰੂ। ਸਾਨੂੰ ਵੀ ਗੁਰੂ ਸਾਹਿਬ ਪੁੱਛ ਲੈਣ ਕਿ ਸਿੱਖਾ ਬੜੀ ਵਾਰੀ ਤੂੰ ਸ਼ਬਦ ਪੜ੍ਹਿਆ ਤੇ ਪੜ੍ਹਾਇਆ ਹੋਏਗਾ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲਿਆ ਇਹਾਂ ਉਹਾਂ ਸੱਚ ਹੋਵੇ, ਇੱਥੇ ਸਾਰਿਆਂ ਨੂੰ ਸਭ ਕੁਝ ਮਿਲਦਾ ਹੈ। ਤੇ ਜੇ ਮੈਂ ਤੈਨੂੰ ਪੁੱਛਾਂ ਵੀ ਤੈਨੂੰ ਸਭ ਕੁਝ ਮਿਲ ਗਿਆ? ਸਭ ਕੁਛ ਨਹੀਂ ਮਿਲਿਆ, ਬਹੁਤ ਕੁਝ ਮਿਲਿਆ। ਬੋਲੋ ਵਾਹਿਗੁਰੂ। ਵਾਹਿਗੁਰੂ। ਬਹੁਤਿਆਂ ਨੂੰ ਬਹੁਤ ਕੁਝ ਮਿਲ ਗਿਆ ਪਰ ਸਭ ਕੁਝ ਨਹੀਂ ਮਿਲਿਆ। ਸਭ ਕੁਝ ਉਦੋਂ ਹੀ ਮਿਲਦਾ ਹੈ ਜਦੋਂ ਵਾਹਿਗੁਰੂ ਆਪ ਮਿਲਦਾ ਹੈ। ਬੋਲੋ ਵਾਹਿਗੁਰੂ। ਉਦੋਂ ਪਹਿਲਾਂ ਸਭ ਕੁਝ ਨਹੀਂ ਮਿਲਦਾ, ਬਹੁਤ ਕੁਝ ਮਿਲ ਸਕਦਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਤੂੰ ਆਇਆ ਸੀ ਨਿਆਸਰਾ ਬਣ ਕੇ, ਯਤੀਮ ਬਣ ਕੇ, ਅਨਾਥ ਬਣ ਕੇ। ਤੇਰਾ ਪਿਤਾ ਨਹੀਂ ਸੀ, ਤੇਰੀ ਮਾਂ ਨਹੀਂ ਸੀ, ਤੇਰੇ ਭੈਣਾਂ ਭਾਈ ਨਹੀਂ ਸੀ। ਤੇ ਦੱਸ ਹੁਣ ਤੈਨੂੰ ਸਾਰੇ ਰਿਸ਼ਤੇ ਮਿਲ ਗਏ? ਕਹਿਣ ਲੱਗੇ ਸੱਚੇ ਪਾਤਸ਼ਾਹ ਮਾਂ ਵੀ ਭੁੱਲ ਗਈ, ਪਿਤਾ ਵੀ ਭੁੱਲ ਗਿਆ, ਭੈਣਾਂ ਭਾਈ ਸ਼ਰੀਕਾ ਬਰਾਦਰੀ ਸਭ ਕੁਝ ਭੁੱਲ ਗਿਆ ਉਦੋਂ ਜਦੋਂ ਮੈਂ ਤੈਨੂੰ ਦੇਖ ਲਿਆ। ਬੋਲੋ ਵਾਹਿਗੁਰੂ। ਤੈਨੂੰ ਦੇਖ ਲਿਆ, ਤੂੰ ਕਦੇ ਨਿਗਾਹ ਦੇ ਨਾਲ ਮੇਰੇ ਵੱਲ ਤੱਕਦਾ ਮੈਨੂੰ ਉਦਾਂ ਲੱਗਦਾ ਜਿੱਦਾਂ ਮੇਰੀ ਮਾਂ ਦੇਖਦੀ ਹੋਵੇ। ਬੋਲੋ ਵਾਹਿਗੁਰੂ। ਕਦੇ ਬੋਲਿਓ ਅੰਮਾ ਬਣ ਕੇ ਘੁੱਟ ਕਲੇਜੇ ਲਾ ਕੇ, ਕਦੇ ਬੋਲਿਓ ਬਾਬਲ ਥੀ ਕੇ ਉਂਗਲੀ ਹੱਥ ਫੜਾ ਕੇ, ਕਦੇ ਬੋਲਿਓ ਵੀਰਾਂ ਵਾਂਗਰ ਮੋਢੇ ਹੱਥ ਧਰਿੰਦਾ, ਬੁੱਕਿਓ ਕਦੇ ਭੈਣ ਦੀ ਬੈਣੀ ਅਨਕ ਅਸੀਸਾਂ ਦਿੰਦਾ, ਕਦੇ ਬੋਲਿਓ ਬਾਲਕ ਥੀ ਕੇ ਬੋਲ ਤੋਤਲੇ ਬੋਲ, ਮੇਰੇ ਪ੍ਰੀਤਮਾ ਸੁਧਾ ਪਿਆਰ ਤੇਰੇ ਬੋਲ। ਤੁਹਾਡੇ ਘਰ ਵਿੱਚ ਕੋਈ ਛੋਟਾ ਜਿਹਾ ਬੱਚਾ ਤੁਹਾਨੂੰ ਪਿਤਾ ਕਹਿ ਕੇ ਬੁਲਾਉਂਦਾ ਨਾ? ਮਹਾਰਾਜ ਕਹਿੰਦੇ ਪਰਮੇਸ਼ਰ ਬੁਲਾਉਂਦਾ ਹੈ, ਸਮਝੋ ਜਰਾ। ਮਾਂ ਦੀ ਗੋਦ ਵਿੱਚ ਜਿਹੜਾ ਦੁਨੀਆਂ ਦਾ ਸਭ ਤੋਂ ਵੱਧ ਨਿੱਘ ਭਰ ਦਿੱਤਾ ਉਹ ਕਿਹਨੇ ਭਰਿਆ? ਪਰਮੇਸ਼ਰ ਨੇ। ਪਿਤਾ ਦੇ ਥਾਪੜੇ 'ਚ ਇੰਨਾ ਸੁੱਖ ਭਰ ਦਿੱਤਾ ਕਿਹਨੇ ਭਰਿਆ? ਵਾਹਿਗੁਰੂ ਨੇ। ਇਹਨਾਂ ਦੇ ਥਰੂ ਜਿਹੜਾ ਪਿਆਰ ਮਿਲਦਾ ਹੈ, ਪਿਆਰ ਆਪਣੇ ਕੇਂਦਰ ਤੋਂ ਆ ਰਿਹਾ। ਕੇਂਦਰ ਪਿਆਰ ਦਾ ਕੇਂਦਰ ਕੀ ਹੈ? ਵਾਹਿਗੁਰੂ। ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਪਿਆਰ ਬਣ ਕੇ ਫੈਲਿਆ ਸਾਰੀ ਦੁਨੀਆਂ 'ਚ, ਮਾਪਿਆਂ ਦੇ ਰੂਪ 'ਚ, ਪੁੱਤਰ ਧੀਆਂ ਦੇ ਰੂਪ 'ਚ ਪਿਆਰ ਬਣ ਕੇ ਬੈਠਾ ਹੈ। ਆਓ ਸਮਾਪਤੀ ਕਰੀਏ। ਭਾਈ ਜੇਠਾ ਜੀ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਮਿਲ ਗਿਆ ਸਾਰਾ ਕੁਛ ਤੈਨੂੰ ਇੱਥੇ ਆ ਕੇ? ਸੱਚੇ ਪਾਤਸ਼ਾਹ ਇੱਥੇ ਆ ਕੇ ਜੋ ਮਿਲਿਆ ਹੈ ਉਹ ਨਾ ਗਿਣਿਆ ਜਾ ਸਕਦਾ ਹੈ, ਨਾ ਦੱਸਿਆ ਜਾ ਸਕਦਾ ਹੈ, ਨਾ ਮਾਪਿਆ ਜਾ ਸਕਦਾ ਹੈ। ਕਦੀ ਕਦੀ ਬੈਠ ਕੇ ਅਨੁਮਾਨ ਜਿਹਾ ਲਾਉਂਦਾ ਪਰ ਅਨੁਮਾਨ ਵੀ ਨਹੀਂ ਲੱਗਦਾ। ਬੋਲੋ ਵਾਹਿਗੁਰੂ। ਆਪਾਂ ਸਿੱਖੀ ਦੀਆਂ ਗਿਣਤੀਆਂ ਕਰਦੇ ਹਾਂ ਤੇ ਬਾਣੀ ਕਹਿੰਦੀ ਅਨੁਮਾਨ ਵੀ ਨਹੀਂ ਲੱਗਦਾ। ਆਪਾਂ ਸਿੱਖੀ ਦੀ ਕਥਾ ਨੂੰ ਤਕੜੀ 'ਚ ਤੋਲਦੇ ਹਾਂ ਪਰ ਬਾਣੀ ਤੇ ਕਹਿੰਦੀ ਇੱਥੇ ਅਨੁਮਾਨ ਹੀ ਹੈ ਨਹੀਂ। ਬੜੇ ਬੜੇ ਆਏ, ਗਿਣਤੀਆਂ ਕਰਕੇ ਚਲੇ ਗਏ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਅੰਤ ਪਾਉਣ ਵਾਲੇ ਪਾਸੇ ਤੁਰ ਪਿਆ, ਨਹੀਂ ਪਾਇਆ ਜਾਣਾ,
ਅੰਤ ਦੀ ਗੱਲ ਛੱਡੋ, ਅਨੁਮਾਨ ਵੀ ਨਹੀਂ ਲਾਇਆ ਜਾਣਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਭਗਵਾਨ। ਮਹਾਰਾਜ ਕਹਿੰਦੇ ਫਿਰ ਮਿਲ ਗਿਆ, ਕਹਿੰਦੇ ਸਾਹਿਬ ਜੀ ਜੋ ਕੁਝ ਮਿਲਿਆ ਅੰਦਾਜ਼ੇ ਤੋਂ ਪਰੇ, ਝੋਲੀ ਛੋਟੀ ਹੈ, ਤੂੰ ਦਿੱਤਾ ਬਹੁਤ ਕੁਝ ਹੈ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇਠਿਆ ਇਹ ਗੱਲ ਤਾਂ ਸਿਰਫ ਤੈਨੂੰ ਪਤਾ ਜਾਂ ਮੈਨੂੰ ਪਤਾ, ਤੂੰ ਕਿੰਨਾ ਕੁਝ ਪਾ ਚੁੱਕਾ ਤੇ ਮੈਂ ਕਿੰਨਾ ਕੁਝ ਦੇ ਦਿੱਤਾ ਤੈਨੂੰ, ਦੁਨੀਆਂ ਤੇ ਨਹੀਂ ਜਾਣਦੀ ਨਾ। ਮਾਪਿਆਂ ਨੇ ਤੇਰਾ ਨਾਮ ਜੇਠਾ ਰੱਖਿਆ ਸੀ, ਪਰ ਦੁਨੀਆਂ ਤੇ ਤੈਨੂੰ ਅੱਜ ਵੀ ਛੋਟਾ ਹੀ ਸਮਝਦੀ ਹੈ। ਜੇਠੇ ਦਾ ਅਰਥ ਹੈ ਵੱਡਾ, ਪਰ ਜੇਠਿਆ ਦੁਨੀਆਂ ਨੇ ਤੈਨੂੰ ਛੋਟਾ ਹੀ ਸਮਝਿਆ ਹੈ। ਜੋ ਕੁਝ ਅੰਦਰੂਨੀ ਰੂਹਾਨੀਅਤ ਦੇ ਰਸਤੇ ਤੇ ਤੈਨੂੰ ਮਿਲਿਆ ਉਹ ਤੇ ਸਿਰਫ ਤੈਨੂੰ ਪਤਾ ਜਾਂ ਮੈਨੂੰ ਪਤਾ, ਅੱਜ ਮੈਂ ਦੁਨੀਆਂ ਨੂੰ ਵੀ ਦਿਖਾਉਣਾ ਚਾਹੁੰਦਾ ਹਾਂ ਕਿ ਜੇਠੇ ਨੂੰ ਹੋਰ ਵੀ ਬਹੁਤ ਕੁਝ ਮਿਲਿਆ ਹੈ। ਬੋਲੋ ਵਾਹਿਗੁਰੂ। ਉਸ ਵੇਲੇ ਕਹਿਣ ਲੱਗੇ, ਜੇਠਿਆ ਮੇਰੇ ਘਰ ਚ ਦੋ ਧੀਆਂ, ਦੋਨੇ ਹੀ ਬੜੀਆਂ ਚੰਗੀਆਂ, ਪਰ ਭਾਨੀ ਜਿਹੜੀ ਹੈ ਨਾ ਉਹ ਤੇ ਭਾਣੇ ਚ ਹੀ ਰਹਿੰਦੀ ਹੈ। ਭਾਨੀ ਭਗਤੀ ਦੀ ਹੀ ਮੂਰਤ ਹੈ, ਗੁਣਾਂ ਦੀ ਮੂਰਤ ਹੈ, ਮੇਰੇ ਦਿਲ ਦੇ ਬੜਾ ਨੇੜੇ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜੇਠਿਆ ਅੱਜ ਮੈਂ ਆਪਣੇ ਦਿਲ ਦਾ ਟੁਕੜਾ ਕੱਢ ਕੇ ਤੈਨੂੰ ਸੌਂਪਣ ਲੱਗਿਆ। ਮੈਂ ਆਪਣੀ ਬੇਟੀ ਦਾ ਰਿਸ਼ਤਾ ਤੇਰੇ ਨਾਲ ਕਰਕੇ, ਤੇਰੇ ਨਾਲ ਕੇਵਲ ਰੂਹਾਨੀਅਤ ਦਾ ਰਿਸ਼ਤਾ ਨਹੀਂ, ਮੈਂ ਸਰੀਰਕ ਰਿਸ਼ਤੇਦਾਰੀ ਵੀ ਤੇਰੇ ਨਾਲ ਪਾਉਣੀ ਚਾਹੁੰਦਾ। ਬੋਲੋ ਵਾਹਿਗੁਰੂ। ਰਿਸ਼ਤਾ ਹੋ ਗਿਆ, ਵਿਆਹ ਹੋ ਗਿਆ, ਭਾਵੇਂ ਗੁਰੂ ਤਖ਼ਤ ਤੇ ਬੈਠਣ ਤੋਂ ਬਾਅਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਇਹ ਬਚਨ ਸਾਹਮਣੇ ਆਉਂਦੇ ਆ, ਇੱਕ ਵਾਰੀ ਪੜ੍ਹ ਕੇ ਫਿਰ ਸਮਾਪਤੀ ਕਰਦੇ ਹਾਂ। ਕਹਿੰਦੇ ਜਦੋਂ ਵਿਆਹ ਹੋ ਗਿਆ ਨਾ ਤੇ ਰੀਤ ਸੀ ਪਿਤਾ ਆਪਣੀ ਧੀ ਨੂੰ ਕੁਝ ਨਿਸ਼ਾਨੀਆਂ ਕੁਝ ਜ਼ਰੂਰਤ ਦੀਆਂ ਚੀਜ਼ਾਂ ਦਿੰਦਾ ਸੀ, ਜਿਹਨੂੰ ਆਪਾਂ ਦਾਜ ਕਹਿੰਦੇ ਦਾਜ। ਹੁਣ ਬੀਬੀ ਭਾਨੀ ਜੀ ਤੇ ਕਿਤੇ ਜਾਣਾ ਚਾਹੁੰਦੀ ਨਹੀਂ ਸੀ ਉਹਨਾਂ ਦਾ, ਤੇ ਪੇਕਾ ਘਰ ਵੀ ਉਹੀ ਹੈ, ਸਹੁਰਾ ਘਰ ਵੀ ਉਹੀ ਹੈ, ਨਾ ਕਿਤੋਂ ਬਰਾਤ ਆਈ ਨਾ ਕਿਤੇ ਗਈ। ਬੋਲੋ ਵਾਹਿਗੁਰੂ। ਗੱਲ ਛਿੜ ਪਈ ਕਿ ਬੀਬੀ ਭਾਨੀ ਨੂੰ ਦਾਜ ਮਿਲੇਗਾ, ਪਤਾ ਨਹੀਂ ਕਿੱਦਾਂ ਦਾ ਮਿਲੇਗਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੇ ਬੀਬੀ ਭਾਨੀ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਹਮਣੇ ਖਲੋ ਕੇ ਦਾਜ ਮੰਗਦੇ ਨੇ ਸੱਚੇ ਪਾਤਸ਼ਾਹ, ਇਹ ਨਾ ਹੋਏ ਕਿ ਸਾਨੂੰ ਤੂੰ ਦਾਜ ਦਵੇਂ ਨਾ, ਦਾਨ ਲੈਣਾ ਤੇਰੇ ਤੋਂ, ਤੈਨੂੰ ਦੱਸਣ ਲੱਗਿਆ ਵੀ ਸਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ। ਬੋਲੋ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਹੈ, ਆਓ ਮੈਂ ਬੇਨਤੀ ਕਰਾਂਗਾ, ਸਾਰੀ ਸੰਗਤ ਤਿੰਨ ਹਿੱਸਿਆਂ ਵਿੱਚ ਨਾ ਸਿਰਫ ਬੋਲਿਓ ਮੰਗਿਓ, ਮੰਗਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਲੈ ਕੇ ਬੈਠੇ ਨੇ, ਮੰਗ ਲਿਓ ਸਾਰੇ, ਕੋਈ ਰਸਨਾ ਮਾਂ ਜੀ ਨਾਲ ਸਾਰੇ ਪੜ੍ਹੋ ਜੀ। ਹਰ ਪ੍ਰਭ ਮੇਰੇ ਬਾਬੁਲਾ, 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 ਹਰ ਪ੍ਰਭ ਮੇਰੇ ਬਾਬਾ। ਸਾਰੀ ਸੰਗਤ ਜਪੋ, ਹਰ ਦੇਵ ਦਾਨ ਮੈਂ ਦਾਜ, ਹਰ ਦੇਵ ਦਾਨ
प्रभ मेरे बाबूला हर प्रभ मेरे बाबूला हर प्रभ मेरे बाबूला हर प्रभ मेरे बाबूला हर प्रभ मेरे ਸਭ ਤੋਂ ਜ਼ਿਆਦਾ ਸੰਬੰਧ ਹੈ ਅਤੇ ਸਿਮਰਨ ਨਾਲ ਹੀ ਹੈ ਸਿਮਰਨ ਨਾਲ
ਖਾਲਸਾ ਕੀ ਵਾਰ ਪੜ੍ਹੋ ਸਾਰੇ ਆਪਾਂ ਕਹਿੰਦੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਵੱਡੇ ਗੁਰਦੁਆਰੇ ਬਣ ਗਏ ਚੰਗੀ ਗੱਲ ਹੈ ਸਿੱਖ ਦੁਨੀਆਂ ਵਿੱਚ ਥਾਂ ਥਾਂ ਤੇ ਜਾ ਕੇ ਵੱਸ ਗਏ ਚੰਗੀ ਗੱਲ ਹੈ ਪਰ ਚੜ੍ਹਦੀ ਕਲਾ ਪਤਾ ਕੀ ਹੈ ਚੜ੍ਹਦੀ ਕਲਾ ਸਿੱਖ ਦੇ ਜੀਵਨ ਵਿੱਚ ਉਦੋਂ ਆਉਂਦੀ ਹੈ ਮਹਾਰਾਜ ਜੀ ਕਹਿੰਦੇ ਸੇਵਕ ਸੇਵ ਹੈ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਕਹਿੰਦੇ ਚੜ੍ਹਦੀ ਕਲਾ ਦਾ ਸੰਬੰਧ ਤੇਰੀ ਸੁਰਤ ਨਾਲ ਹੈ ਜਦੋਂ ਤੇਰੀ ਸੁਰਤ ਦੇ ਵਿੱਚ ਚਾਅ ਪੈਦਾ ਹੋ ਗਿਆ ਨਾਮ ਜਪਦਿਆਂ ਜਪਦਿਆਂ ਨਾਮ ਦਾ ਇੰਨਾ ਚਾਅ ਤੇ ਉਮਾਹ ਤੇਰੇ ਅੰਦਰ ਜਾ ਗਿਆ ਕਰਮ ਚੜਾਓ ਦਾ ਮਤਲਬ ਚੜ੍ਹਦੀ ਕਲਾ ਉੱਚੀ ਅਵਸਥਾ ਜਦੋਂ ਸਭ ਕੁਝ ਨੀਵੀਆਂ ਨੀਵੀਆਂ ਤੁੱਛ ਜਿਹੀਆਂ ਚੀਜ਼ਾਂ ਥੱਲੇ ਰਹਿ ਗਈਆਂ ਤੂੰ ਚੜ੍ਹਦੀ ਕਲਾ ਦਾ ਮਾਲਕ ਬਣ ਗਿਆ ਫਿਰ ਤੇਰੇ ਅੰਦਰੋਂ ਜਕਾਰਾ ਨਿਕਲਣਾ ਬੋਲੋ ਵਾਹਿਗੁਰੂ ਫਿਰ ਜਿੱਥੇ ਦੂਜੇ ਜੈ ਜੈਕਾਰ ਕਰਦੇ ਨੇ ਤੂੰ ਵੀ ਕਰੇਗਾ ਹਰ ਮਨ ਤਨ ਵਸਿਆ ਸੋਈ ਸਾਰੇ ਬੋਲੋ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਹਰ ਭਰਾ ਮੇਰੇ ਬਾਬਲਾ ਹਰ ਦੇਵ ਹੋ ਦਾਨ ਮੈਂ ਦੱਤ ਬਾਬਲ ਜੀ ਬੜਾ ਮਿੱਠਾ ਸ਼ਬਦ ਹੈ ਬਾਬਲ ਕਿੱਥੋਂ ਲਿਆਓਗੇ ਸਹਾਰਾ ਤੇ ਲੈ ਸਕਦੇ ਹੋ ਅੰਗਰੇਜ਼ੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਆਖਿਆ ਪੜ੍ਹੋ ਸਹਾਰਾ ਹੈ ਪਰ ਜਿੰਨੀ ਦੇਰ ਤੱਕ ਗੁਰਮੁਖੀ ਨਹੀਂ ਨਾ ਸਿੱਖਦੇ ਗੁਰਮੁਖੋ ਸਹਾਰਾ ਹੀ ਰਹੇਗਾ ਆਪਣਾ ਘਰ ਨਹੀਂ ਬਣੇਗਾ ਬੋਲੋ ਕਿਰਾਏ ਤੇ ਮਕਾਨ ਤੇ ਰਹੋ ਸਾਰੀ ਜ਼ਿੰਦਗੀ ਆਪਣਾ ਕਦੋਂ ਬਣਾਓਗੇ ਆਪਣਾ ਜੇ ਬਣਾਉਣਾ ਤੇ ਪੰਜਾਬੀ ਪੜ੍ਹੋ ਗੁਰਮੁਖੀ ਪੜ੍ਹੋ ਬਾਬਲ ਇੱਥੇ ਤੇ ਪਿਤਾ ਦਾ ਹੀ ਅਰਥ ਕਰ ਸਕਦੇ ਹਾਂ ਆਪਾਂ ਬਾਬਲ ਪਰ ਬਾਬਲ ਉਹਨਾਂ ਦਿਨਾਂ ਵਿੱਚ ਧੀ ਵਰਤਦੀ ਸੀ ਪਿਤਾ ਨਾਲ ਗੱਲ ਕਰਦੇ ਹਾਂ ਜਦੋਂ ਵਿਆਹ 'ਚ ਚਾਰ ਕੁ ਦਿਨ ਰਹਿ ਜਾਂਦੇ ਸੀ ਜਦੋਂ ਬਚਪਨ ਤੋਂ ਲੈ ਕੇ ਜਵਾਨ ਹੋਣ ਤੱਕ ਦਾ ਸਾਰਾ ਹੀ ਪਿਆਰ ਇਕੱਠਾ ਕਰਕੇ ਆਪਣੇ ਪਿਤਾ ਨੂੰ ਆਵਾਜ਼ ਮਾਰਦੀ ਸੀ ਤੇ ਫਿਰ ਉਹਦੇ ਮੂੰਹ ਤੋਂ ਨਿਕਲਦਾ ਸੀ ਬਾਬਲ ਬੋਲੋ ਵਾਹਿਗੁਰੂ ਹਰ ਭਰਾ ਮੇਰੇ ਬਾਬਲਾ ਹਰ ਦੇਵ ਉਹ ਦਾਨ ਮੈਂ ਦੱਜੋ ਕਿਸ ਤਰ੍ਹਾਂ ਦਾ ਦਾਨ ਹਰ ਕੱਪੜੋ ਹਰ ਸੋਭਾ ਦੇਵੋ ਜਿੱਤ ਸਬਰ ਹੈ ਮੇਰਾ ਕਾਜੋ ਦੁਨੀਆਂ ਦੇ ਮਾਪੇ ਧੀਆਂ ਨੂੰ ਕੱਪੜੇ ਦਿੰਦੇ ਨੇ ਜਚਣ ਵਾਲੀਆਂ ਅਤੇ ਹੋਰ ਘਰ ਨੂੰ ਵਧੀਆ ਬਣਾਉਣ ਵਾਲੀਆਂ ਵਧੀਆ ਦੇਖ ਵਾਲੀਆਂ ਚੀਜ਼ਾਂ ਦਿੰਦੇ ਆ ਮੇਰੇ ਬਾਬਲਾ ਮੈਨੂੰ ਕੱਪੜਾ ਵੀ ਨਾਮ ਦਾ ਦੇ ਦੇ ਤੇ ਸੋਭਾ ਵੀ ਨਾਮ ਦੀ ਦੇ ਦੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬੋਲੋ ਵਾਹਿਗੁਰੂ ਹਰ ਕੱਪੜੋ ਹਰ ਸੋਭਾ ਦੇਵੋ ਜਿੱਤ ਸਬਰ ਹੈ ਮੇਰਾ ਕਾਜੋ ਜਿਹੜੀਆਂ ਚੀਜ਼ਾਂ ਦੇ ਨਾਲ ਮੇਰਾ ਕਾਜ ਸੌਰਜੇ ਮੇਰਾ ਮੇਰਾ ਜੀਵਨ ਦਾ ਕਾਜ ਸੌਰਜੇ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡ ਵਰ ਭੰਡ ਸਭ ਸੋਭਾ ਹੋਈ ਇਹ ਦਾਨ ਨਾ ਰਲੈ ਰਲਾਇਆ ਹੋਰ ਮਨਮੁਖ ਜੇ ਦਾਜ ਰੱਖ ਦੇ ਖਾਲੈ ਸੋ ਕੂੜ ਹੰਕਾਰ ਕੱਚ ਪਾਜੋ ਹਰ ਭਰਾ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਬਾਕੀ ਤੇ ਸਾਰਾ ਕੁਝ ਕੱਚ ਹੈ ਕੂੜਾ ਹੈ ਢਹਿ ਜਾਣ ਵਾਲਾ ਮਿਟ ਜਾਣ ਵਾਲਾ ਹੈ ਮੇਰੇ ਬਾਬਲਾ ਮੈਨੂੰ ਨਾਮ ਦਾ ਵਾਹਿਗੁਰੂ ਦੀ ਯਾਦ ਦਾ ਦਾਨ ਦੇ ਦਾਜ ਦੇ ਰੂਪ ਵਿੱਚ ਤੇ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਨੂੰ ਇੰਨਾ ਦਾਨ ਮਿਲ ਗਿਆ ਇੰਨਾ ਕੁਝ ਮਿਲ ਗਿਆ ਤੁਸੀਂ ਆਪ ਵੀ ਰੱਜ ਗਏ ਤੇ ਅੱਜ ਵੀ ਜਿਹੜਾ ਤੁਹਾਡੇ ਦਰਬਾਰ ਤੇ ਜਾ ਕੇ ਤੁਹਾਡੀ ਚਰਨ ਧੂੜ ਨੂੰ ਮੱਥੇ ਲਾਉਂਦਾ ਹੈ ਉਹ ਰੱਜ ਕੇ ਮੁੜਦਾ ਹੈ ਬੋਲੋ ਵਾਹਿਗੁਰੂ ਵਾਹਿਗੁਰੂ ਰੱਜ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਹੈ ਇਤਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਬੇਅਦਬੀਆਂ ਸਰਬੱਤ ਸੰਗਤ ਨੇ ਖਿਮਾ ਕਰ ਦੇਣੀਆਂ ਬਹੁਤ ਹੀ ਹਿਰਦੇ ਦੀ ਖੁਸ਼ੀ ਹੈ ਕਿ ਬੜੇ ਵਧੀਆ ਮਾਹੌਲ ਵਿੱਚ ਆਪ ਜੀ ਸਾਰੇ ਜੁੜ ਕੇ ਬੈਠੇ ਹੋ ਗੁਰੂ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਵਸ ਮਨਾ ਰਹੇ ਹਾਂ ਇਸ ਤੋਂ ਵੱਡੀ ਖੁਸ਼ੀ ਦੀ ਬਾਤ ਕੀ ਹੋ ਸਕਦੀ ਹੈ ਸਾਰੀਆਂ ਹੀ ਸੰਗਤਾਂ ਨੂੰ ਪਠਾਨਕੋਟ ਵਧਾਈਆਂ ਹਨ ਭਾਈ ਗੁਰਮੇਜ ਸਿੰਘ ਜੀ ਜਿਨ੍ਹਾਂ ਦੇ ਪਰਿਵਾਰ ਵੱਲੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਲਈ ਹੈ ਉਹਨਾਂ ਵੱਲੋਂ ਵੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਰੋਮ ਰੋਮ ਦੇ ਵਿੱਚ ਧੰਨਵਾਦ ਹੈ ਜੀ ਆਓ ਕੱਲ੍ਹ ਦਾ ਵੀ ਇੱਕ ਸਮਾਗਮ
ਗੁਰਮੁਖਾਂ ਨੇ ਰੱਖਿਆ ਹੋਇਆ। ਸ਼ਾਮ ਦਾ ਸਮਾਂ ਹੈ ਜੋ ਭਾਈ ਸਾਹਿਬ ਜੀ ਅਨਾਊਂਸ ਕਰਨਗੇ। ਬਾਅਦ ਵਿੱਚ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਜ਼ਰੂਰ ਸਮਾਂ ਕੱਢ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚਿਓ, ਤਾਂ ਜੋ ਆਪਾਂ ਕੁਝ ਸਮਾਂ ਹੋਰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਕੇ ਨਾਮ ਬਾਣੀ ਦਾ ਲਾਹਾ ਪ੍ਰਾਪਤ ਕਰ ਸਕੀਏ। ਆਓ ਇੱਥੇ ਸਮਾਪਤੀ, ਕੋਈ ਰਸਨਾ ਵਾਂਝੀ ਨਾ ਰਹੇ ਜੀ, ਸਾਰੇ ਪਿਆਰ ਵਿੱਚ ਮਿਲ ਕੇ ਪੜੋ ਜੀ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਇਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣਿਆਈਆਂ ਸਬਦੋ ਨਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਹੈ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਕੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਕਥਾ ਸਮਰੱਥ ਸੁਆਮੀ ਸੋ ਕਿਉਂ ਮਨ ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਪਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਹੀ ਸੁਪਾਰੇ ਸਦਾ ਸਿਫਤ ਸਦਾ ਤੇਰੇ ਨਾਮ ਮਨ ਵਸਾਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਮੇਰਾ ਆਧਾਰੋ ਸਾਚਾ ਮੇਰਾ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਹਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਣੀ ਕਿਤਾ ਗੁਰ ਵਿਣੋ ਜਿਸ ਦੀ ਆਈ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਮਨ ਸ਼ਬਦ ਕਰ ਸੁਭਾਗੈ ਹਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਲ ਵਸ ਕੀਤੇ ਕਾਲ ਕੰਟ ਕੁਪਾਇਆ ਕਰਮ ਪਾਇਆ ਤੁਲ ਜਿਨ ਕਉਸੇ ਨਾਮ ਹਰ ਕੈ ਲਾਗੇ ਹੈ ਨਾਨਕ ਤੈ ਸੁਖ ਹੋਆ ਅਨਹਦ ਵਾਜੇ ਅਨੰਦ ਸੁਣੋ ਹਟ ਭਾਗਿਓ ਸਗਲ ਮਨੋਰਥ ਪੂਰੇ ਹਰ ਬ੍ਰਹਮ ਮਾਇਆ ਕਰੇ ਸਗਲ ਸੂਰੇ ਕਰੋ ਸੰਤਾਪੇ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸੰਤੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਭਗਤ ਸਤਿਗੁਰ ਰਹਿਆ ਕਰਨ ਲਾਗੇ ਵਾਜੇ ਅਨਹਦ ਪੂਰੇ ਸੋ ਕਵਣ ਗੁਰੂ ਪਾਣੀ ਪਿਤਾ ਮਾਤਾ ਧੰਤ ਮਹਾਤਮਾ ਜਿਸ ਰਾਤ ਦਾਈ ਦਾਇਆ ਮਿਲੇ ਸਭ ਜਗਤ ਰੰਗਿਆਈਆਂ ਪੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕਿਹੜੇ ਹੈ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ